ਅੱਜ ਦਾ ਜਿਹੜਾ ਮਜ਼ਮੂਨ ਹੈ ਕਿ ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਬਾਰੇ ਥੋੜ੍ਹੀ ਗੱਲ ਕਰਾਂਗੇ। ਗੁਰਬਾਣੀ ਦੇ ਆਧਾਰਿਤ ਇਸ ਕੈਲੰਡਰ ਦਾ ਜਿਹੜਾ ਆਰਕੀਟੈਕਟ ਸਰਦਾਰ ਪਾਲ ਸਿੰਘ ਪੁਰੇਵਾਲ ਹਰਾ ਨੇ 1999 ਵਿੱਚ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਸਨਮੁੱਖ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਕਾਰਵਾਈਆਂ ਹੋਈਆਂ, ਉਸ ਤੋਂ ਜਾਣ ਤੋਂ ਪਹਿਲਾਂ ਮੈਂ ਇੱਕ ਸਵਾਲ ਸਾਰੇ ਜਿਹੜੇ ਸੱਜਣ ਜੁੜ ਚੁੱਕੇ ਨੇ ਉਹ ਆਪਣੇ ਆਪ ਨੂੰ ਪੁੱਛ ਸਕਦੇ ਨੇ ਕਿ ਬਈ ਅੱਜ ਅਸੀਂ ਸਾਰਿਆਂ ਨਾਲ ਸ਼ੇਅਰ ਕੀਤਾ ਬਈ 5 ਦਸੰਬਰ ਨੂੰ ਅਸੀਂ ਕੈਲੰਡਰ ਦੇ ਇਸ ਟੌਪਿਕ ਬਾਰੇ ਜੁੜਾਂਗੇ, ਅਤੇ ਅੱਜ ਦੀ ਤਰੀਕ ਸਾਰਿਆਂ ਨੂੰ ਇਹ ਸ਼ੇਅਰ ਕੀਤੀ ਗਈ 5 ਦਸੰਬਰ ਦੀ ਕਿ ਅੱਜ 5 ਦਸੰਬਰ ਸੰਡੇ 2021 ਹੈਗੀ ਹੈ ਅਤੇ ਸਾਰਿਆਂ ਨੇ ਅੱਜ ਸ਼ਮੂਲੀਅਤ ਕੀਤੀ, ਕਿਉਂਕਿ ਅਸੀਂ ਸਾਰੇ ਹੀ ਇੱਕੋ ਕੈਲੰਡਰ ਨੂੰ ਇਸ ਵੇਲੇ ਫੋਲੋ ਕਰਦੇ ਹੈਗੇ ਹਾਂ ਜਿਹੜਾ ਜਨਰਲ ਪਬਲਿਕ ਵਿੱਚ ਵਰਤਿਆ ਜਾਂਦਾ ਹੈਗਾ। ਪਰ ਜੇ ਮੈਂ ਕਹਾਂ ਕਿ ਅੱਜ 22 ਨਵੰਬਰ ਹੈਗੀ ਹੈ 2021 ਦੀ, ਅਤੇ ਜਿਹੜੇ ਸੱਜਣ ਆਪਣੇ ਆਪ ਨੂੰ ਪੁੱਛਣ ਕਿ ਵੀ ਇਹ ਵੀ ਠੀਕ ਹੋ ਸਕਦਾ ਹੈ, ਅਤੇ ਦੈਨ ਆਈ ਵੁੱਡ ਸੇ ਯੂ ਨੋ ਬੈਟਰ ਦੈਨ ਐਵਰੇਜ ਅਬਾਊਟ ਕੈਲੰਡਰਸ ਬਿਕੋਜ਼ ਬੋਥ ਡੇਟਸ ਆਰ ਕਰੈਕਟ, ਦੋਵੇਂ ਤਰੀਕਾਂ ਠੀਕ ਨੇ। ਅਤੇ ਇਹਦੇ ਵਿੱਚ ਜਿਹੜਾ ਸਾਡਾ ਅੱਜ ਕੱਲ੍ਹ ਦਾ ਕਾਮਨ ਐਰਾ ਕੈਲੰਡਰ ਸਾਰੇ ਵਰਤਦੇ ਦੁਨੀਆ ਵਿੱਚ, ਜਿਹਨੂੰ ਕਿ ਗ੍ਰਿਗੋਰੀਅਨ ਵੀ ਕਿਹਾ ਜਾਂਦਾ ਹੈਗਾ, ਅਤੇ ਅੱਜ ਜਿਹੜੀ ਦੂਸਰੀ ਤਰੀਕ ਹੈਗੀ ਹੈ ਇਹਦੇ ਵੀ 12 ਮਹੀਨੇ ਨੇ, ਇਹਦੇ ਵੀ ਮਹੀਨਿਆਂ ਦੇ ਨਾਂ ਜਨਵਰੀ ਤੋਂ ਦਸੰਬਰ ਤੱਕ ਉਹੀ ਨੇ ਜਿਹੜੇ ਗ੍ਰਿਗੋਰੀਅਨ ਕੈਲੰਡਰ ਦੇ ਨੇ, ਪਰ ਅੱਜ ਦੀ ਤਰੀਕ ਉਹਦੇ ਵਿੱਚ 22 ਨਵੰਬਰ ਹੈ, 13 ਦਿਨ ਪਿੱਛੇ ਚੱਲ ਰਿਹਾ ਹੈਗਾ। ਸੋ ਔਰ ਇਹ ਕੈਲੰਡਰ ਵੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਲਾਗੂ ਹੈਗਾ, ਖਾਸ ਕਰ ਈਸਟਰਨ ਔਰਥੋਡਾਕਸ ਚਰਚਿਸ ਵਿੱਚ। ਇਸ ਇਹ ਜਿਹੜਾ ਹੈਗਾ ਇਸ ਚੀਜ਼ ਦੀ ਜਿਹੜੀ ਹੈਗੀ ਹੈ ਕਹਿ ਲਓ ਕਿ ਅੰਡਰਸਟੈਂਡਿੰਗ ਬੜੀ ਜ਼ਰੂਰੀ ਹੈਗੀ ਆ ਸਾਡੀ ਸਿੱਖ ਇਤਿਹਾਸਕ ਤਰੀਕਾ ਨੂੰ ਵੀ ਸਮਝਣ ਲਈ। ਉਹਦੇ ਵਾਸਤੇ ਜੇ ਮੈਂ ਉਹ ਹੀ ਪੇਸ਼ ਕਰਾਂ ਕਿ ਤੁਸੀਂ ਦੇਖ ਸਕਦੇ ਹੈਗੇ ਹੋ, ਮੈਂ ਥੱਲੇ URL ਵੈਬ ਲਿੰਕ ਵੀ ਦਿੱਤਾ ਹੋਇਆ ਜਿੱਥੇ ਤੁਸੀਂ ਖੁਦ ਜਾ ਕੇ ਇਹ ਦੋਵੇਂ ਤਰੀਕਾਂ ਪਾ ਸਕਦੇ ਹੈਗੇ ਹੋ। ਇੱਕ ਬਾਕਸ 'ਚ ਜੂਲੀਅਨ ਕੈਲੰਡਰ ਕਲਿੱਕ ਕੀਤਾ ਹੋਇਆ, ਦੂਸਰੇ 'ਚ ਆਟੋ ਗ੍ਰਿਗੋਰੀਅਨ ਹੈਗਾ, ਉਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ, ਉਹ ਸੇਮ ਦਿਨ ਜਿਹੜਾ ਅੱਜ ਸੂਰਜ ਚੜ੍ਹਿਆ ਸ਼ਾਮ ਨੂੰ ਢਲਣਾ ਉਸ ਦਿਨ ਦਾ ਨਾਂ ਅੱਜ ਅਸੀਂ ਅਲੱਗ ਅਲੱਗ ਕੈਲੰਡਰਸ ਵਿੱਚ ਅਲੱਗ ਅਲੱਗ ਤਰੀਕਾ ਨਾਲ ਉਸ ਨੂੰ ਰੈਫਰ ਕਰ ਸਕਦੇ ਹੈਗੇ ਹਾਂ। ਇਹ ਮੇਨ ਪੁਆਇੰਟ ਹੈਗਾ। ਸੋ ਮੈਂ ਇੱਕ ਹੋਰ ਇੰਟਰਸਟਿੰਗ ਚਿਟਬਿਟ ਸ਼ੇਅਰ ਕਰਨਾ ਚਾਹੁੰਦਾ ਸੰਗਤ ਨਾਲ ਕਿ ਇਹ ਕੈਲੰਡਰ ਜਦੋਂ ਇੰਨੀ ਕਨਫਿਊਜ਼ਨ ਛੋਟੀ ਜਿਹੀ ਗੱਲ ਦੀ ਹੋ ਜਾਂਦੀ ਆ ਕਿ ਦੇਰ ਇਜ਼ ਅਨ ਐਕਚੁਅਲ ਕੇਸ ਕਿ ਰਸ਼ੀਆ ਨੇ ਜਿਹੜਾ ਸੀਗਾ ਨਵਾਂ ਕੈਲੰਡਰ ਗ੍ਰਿਗੋਰੀਅਨ 1918 ਵਿੱਚ ਲਾਗੂ ਕੀਤਾ ਸੀ। ਸੋ 1908 ਦੀ ਓਲੰਪਿਕਸ ਵਿੱਚ ਉਹ ਹਾਲੇ ਵੀ ਪੁਰਾਣੇ ਕੈਲੰਡਰ ਨਾਲ ਚੱਲ ਰਹੇ ਸਨ, ਅਤੇ ਉਹਨਾਂ ਦੀ ਜਿਹੜੀ ਓਲੰਪਿਕਸ ਸ਼ੂਟਿੰਗ ਟੀਮ ਸੀ ਉਹ ਇਵੈਂਟ ਵਾਸਤੇ 11 ਦਿਨ ਲੇਟ ਪਹੁੰਚੀ, ਜਦਕਿ ਉਹ ਇਵੈਂਟ ਆਲਰੇਡੀ ਹੋ ਚੁੱਕਾ ਸੀ। ਬਈ ਜੇ ਤੁਸੀਂ ਡਿਫਰੈਂਟ ਕੈਲੰਡਰ ਫੋਲੋ ਕਰਦੇ ਹੋ ਦੇਰ ਇਜ਼ ਲੋਟ ਆਫ ਕਨਫਿਊਜ਼ਨ। ਇਹ ਇੱਕ ਚੀਜ਼ ਜਿਹੜੀ ਹੈਗੀ ਆ ਸਿੱਖਾਂ ਦੇ ਕੈਲੰਡਰਾਂ ਵਿੱਚ ਵੀ ਅਸੀਂ ਉਹਦੇ ਬਾਰੇ ਜ਼ਿਕਰ ਕਰਾਂਗੇ ਅੱਜ ਦੀ ਪ੍ਰੈਜੈਂਟੇਸ਼ਨ ਵਿੱਚ। ਸੋ ਜਿਹੜਾ ਇਹ ਜੂਲੀਅਸ ਸੀਜ਼ਰ ਨੇ ਅਬਾਊਟ 47 BC ਵਿੱਚ ਕੈਲੰਡਰ ਜਿਹੜਾ ਪੁਰਾਣਾ ਚੱਲਦਾ ਸੀ ਰੋਮਨ ਉਹਨੂੰ ਲਾਗੂ ਕੀਤਾ ਸੀ, ਜਿਹੜਾ ਜੂਲੀਅਨ ਚੱਲਦਾ ਰਿਹਾ ਔਰ ਸਾਰੀ ਦੁਨੀਆ ਇਸ ਨੂੰ ਵਰਤਦੀ ਰਹੀ ਆਲਮੋਸਟ ਕਹਿ ਲਓ 1600 ਸਾਲ ਅੰਟਲ ਪੋਪ ਗ੍ਰੈਗਰੀ ਅਤੇ ਉਹਦੇ ਜਿਹੜੇ ਐਡਵਾਈਜ਼ਰ ਸਨ ਉਹਨੇ ਜਿਹੜਾ ਉਹਦਾ ਸੀਗਾ ਐਡਵਾਈਜ਼ਰ ਲੂਈਜੀ ਲੀਲੀਓ ਅਤੇ ਕ੍ਰਿਸਟੋਫਰ ਕਲਾਵੀਅਸ, ਉਹਨਾਂ ਨੇ ਵੇਖਿਆ ਕਿ ਜਿਹੜਾ ਈਸਟਰ ਆ ਉਹ ਹੌਲੀ ਹੌਲੀ ਡਰਿਫਟ ਹੋ ਕੇ ਜਿਹੜਾ ਹੈਗਾ ਸਮਰ ਵੱਲ ਤੁਰੀ ਜਾ ਰਿਹਾ ਹੈਗਾ, ਅਤੇ ਆਲਰੇਡੀ 1500 ਸਾਲਾਂ ਵਿੱਚ 10 ਦਿਨਾਂ ਦਾ ਫਰਕ ਪੈ ਚੁੱਕਾ ਹੈਗਾ, ਅਤੇ ਉਹ ਇਹ ਸਮੱਸਿਆ ਜਿਹੜੀ ਸੀਗੀ ਅਗਾਂਹ ਵੱਧਦੀ ਫਰਕ ਵੱਧਦਾ ਜਾਣਾ ਸੀ। ਸੋ ਇਸ ਕਰਕੇ 1582 1582 ਵਿੱਚ ਇਹ ਕੈਲੰਡਰ ਤਬਦੀਲ ਕੀਤਾ ਗਿਆ
ਜੂਲੀਅਨ ਟੂ ਗ੍ਰਿਗੋਰੀਅਨ ਅਤੇ ਉਦੋਂ ਤੁਸੀਂ ਜੇ ਅਕਟੂਬਰ ਦੇ ਮਹੀਨੇ ਵੱਲ ਧਿਆਨ ਦੇਵੋ ਤਾਂ ਦੇਖੋਗੇ ਕਿ ਤੁਸੀਂ ਇੱਕ ਦੋ ਤਿੰਨ ਚਾਰ ਤਰੀਕ ਅਕਟੂਬਰ ਦੀ ਜੂਲੀਅਨ ਹੈਗੀ ਆ ਅਤੇ ਚਾਰ ਤੋਂ ਬਾਅਦ ਫਰਾਈਡੇ ਨੂੰ ਥਰਸਡੇ ਤੋਂ ਬਾਅਦ ਫਰਾਈਡੇ ਨੂੰ 15 ਬਣ ਗਈ 10 ਦਿਨ ਜਿਹੜੇ ਨੇ ਐਡ ਕੀਤੇ ਗਏ। ਸੋ ਥੱਲੇ ਜਿਹੜਾ ਟੇਬਲ ਦਿੱਤਾ ਹੈਗਾ ਰਾਈਟ ਹੈਂਡ ਸਾਈਡ 'ਤੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਉਸ ਤਬਦੀਲੀ ਨਾਲ ਇਟਲੀ, ਪੋਲੈਂਡ, ਪੋਰਚੁਗਲ, ਸਪੇਨ ਉਹਨਾਂ ਦੀ ਤਾਂ ਅਕਟੂਬਰ 15 ਬਣ ਗਈ ਉਸ ਦਿਨ ਫਰਾਈਡੇ ਨੂੰ, ਪਰ ਬਾਕੀ ਮੁਲਕਾਂ ਵਿੱਚ ਜਿਹੜੇ ਕਿ ਸਨ ਨਾ ਉਦੋਂ ਗੈਰ ਕੈਥੋਲਿਕ ਨੋਨ ਕੈਥੋਲਿਕ ਕੰਟਰੀਜ਼ ਨੇ ਤਾਂ ਫਟਾਫਟ ਅਡਾਪਟ ਕਰ ਲਿਆ ਪੋਪ ਦਾ ਜਿਹੜਾ ਸੀਗਾ ਇਸ ਤਬਦੀਲੀ ਨੂੰ। ਬਾਕੀ ਜਿਹੜੇ ਮੁਲਕ ਸਨ ਉਹਨਾਂ ਨੂੰ ਬਹੁਤ ਟਾਈਮ ਲੱਗਾ, ਕਈ 100 ਸਾਲ ਲੱਗ ਗਏ ਉਹਨਾਂ ਨੂੰ ਤਬਦੀਲ ਕਰਦਿਆਂ ਕਰਦਿਆਂ। ਅਤੇ ਇਹਦੇ ਵਿੱਚ ਜਿਹੜਾ ਇੰਗਲੈਂਡ ਸੀਗਾ ਉਦੋਂ USA ਵੀ ਉਹਦੀ ਕੋਲੋਨੀ ਸੀਗੀ, ਉਦੋਂ ਇੰਡੀਆ ਵੀ ਉਹਦੀ ਕੋਲੋਨੀ ਸੀਗੀ। ਉਹਨਾਂ ਨੇ ਇਸ ਨੂੰ ਐਕਚੁਅਲੀ 1752 ਵਿੱਚ ਅਡਾਪਟ ਕੀਤਾ ਕਈ 100 ਸਾਲ ਤੋਂ ਬਾਅਦ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਅਗਲੀ ਸਲਾਈਡ ਵਿੱਚ ਕਿ ਕਿਹੜੀ ਕਿਹੜੇ ਮੁਲਕਾਂ ਨੇ ਮੋਸਟਲੀ, ਇਟਸ ਲੰਬੀ ਲਿਸਟ ਹੈਗੀ ਆ ਪਰ ਬਰਾਡਲੀ ਸਪੀਕਿੰਗ ਇਨੀਸ਼ੀਅਲ ਕੰਟਰੀਜ਼ 1582 ਵਿੱਚ 10 ਦਿਨ ਦਾ ਫਰਕ ਸੀ, ਬਾਕੀ ਕੈਥੋਲਿਕ ਕੰਟਰੀਜ਼ ਨੇ ਫਟਾਫਟ ਅਡਾਪਟ ਕਰਨਾ ਸ਼ੁਰੂ ਕੀਤਾ ਅਤੇ ਬਾਕੀ ਜਿਹੜੇ ਪ੍ਰੋਟੈਸਟੈਂਟਸ ਹੈ ਹੋਰ ਪੋਪ ਨੂੰ ਨਾ ਸੁਪਰੀਮ ਮੰਨਦੇ ਹੋਏ ਕੰਟਰੀਜ਼ ਨੇ ਜਾਂ ਜਿਹੜੀਆਂ ਗੈਰ ਕ੍ਰਿਸਚਨ ਵੀ ਸਨ ਉਹਨਾਂ ਨੂੰ ਬਹੁਤ ਟਾਈਮ ਲੱਗਾ, ਅਤੇ ਰਸ਼ੀਆ ਨੂੰ ਅਤੇ ਗ੍ਰੀਸ ਨੂੰ ਅਤੇ ਖੈਰ ਉਹ 1900s 'ਚ ਆ ਕੇ ਤੁਰਕੀ ਅਤੇ ਸਭ ਤੋਂ ਬਾਅਦ 'ਚ ਉਹਨਾਂ ਨੇ ਇਹ ਅਡਾਪਟ ਕੀਤਾ। ਸੋ ਜਿਹੜੇ ਸਾਡੇ ਇਤਿਹਾਸਕਾਰ ਤਰੀਕਾਂ ਸਾਡੀਆਂ ਲਿਖਦੇ ਨੇ ਉਹ ਜੂਲੀਅਨ ਯੂਜਲੀ ਹੁੰਦੀਆਂ ਇਤਿਹਾਸਿਕ ਤਰੀਕਾਂ, ਜਿਹੜੀਆਂ ਕਿ ਜੇ ਤੁਸੀਂ ਗੌਰ ਇਹਦੇ ਉੱਤੇ ਕੀਤਾ ਕਿ 1752 ਤੋਂ ਪਹਿਲੀਆਂ ਜੋ ਕਿ ਗੁਰੂ ਕਾਲ ਤੋਂ ਪਹਿਲਾਂ ਦੀਆਂ ਜਿਹੜੀਆਂ ਤਰੀਕਾਂ ਹੋਣਗੀਆਂ ਉਹ ਪੁਰਾਣੀਆਂ ਸਾਰੀਆਂ ਜੂਲੀਅਨ ਤਰੀਕਾਂ ਹੋਣਗੀਆਂ, ਅਤੇ ਉਹਦੇ ਨਾਲ ਬਹੁਤ ਕਨਫਿਊਜ਼ਨ ਆਮ ਸਾਡੇ ਲਿਟਰੇਚਰ ਵਿੱਚ, ਸਾਡੀਆਂ ਕਿਤਾਬਾਂ ਵਿੱਚ, ਖਾਸ ਕਰਕੇ ਜਦੋਂ ਇੱਕ ਹਿਸਟੋਰੀਅਨ ਦੂਸਰੀ ਡੇਟ ਨੂੰ ਕਾਪੀ ਕਰਕੇ ਉਸ ਤਰ੍ਹਾਂ ਹੀ ਪੇਸ਼ ਕਰੀ ਜਾਂਦਾ ਹੈਗਾ, ਉਹ ਜਿਹੜੀ ਐਰਰਸ ਨੇ ਉਹ ਪ੍ਰੋਪਾਗੇਟ ਹੁੰਦੀਆਂ ਰਹਿੰਦੀਆਂ ਅਤੇ ਮਿਸਇਨਫੋਰਮੇਸ਼ਨ ਕਾਫੀ ਜ਼ਿਆਦਾ ਆਪਣੇ ਜਿਹੜੇ ਹੈਗੇ ਨੇ ਪੈਂਫਲੈਟਸ ਜਾਂ ਗੁਰਦੁਆਰੇ ਜਿਹੜੇ ਬਣਾਉਂਦੇ ਹੈਗੇ ਨੇ ਉਹ ਇਸ ਚੀਜ਼ ਵਾਸਤੇ ਜਿਹੜੀ ਆ ਉਹ ਕਨਫਿਊਜ਼ਨ ਜਿਹੜੀ ਆ ਸਾਡੇ ਲਿਟਰੇਚਰ ਵਿੱਚ ਬਹੁਤ ਪਰਸਿਸਟ ਕਰਦੀ ਹੈਗੀ ਆ। ਜਿਵੇਂ ਇਸ ਤਰੀਕ ਨੂੰ ਥੋੜ੍ਹਾ ਹੋਰ ਸਮਝਣਾ ਹੋਵੇ, ਜੇ 25 December ਹੈ, ਜੇ ਕ੍ਰਿਸਚਨ ਵਰਲਡ 25 December ਨੂੰ ਆਪਣਾ ਰੈਬਰ ਦਾ ਮੰਨਦਾ ਹੈਗਾ, ਗੁਰਪੁਰਬ ਕਹਿ ਲਓ ਕਿ ਉਹਨਾਂ ਦਾ ਕ੍ਰਾਇਸਟ ਦਾ ਕ੍ਰਿਸਮਸ ਆ, ਅਤੇ ਸੋ January 7th ਨੂੰ ਵੀ ਜਿਹੜਾ ਹੈਗਾ ਆ, ਜੇ ਤੁਸੀਂ ਦੇਖੋਗੇ ਕਿ ਜਿਹੜਾ ਜੂਲੀਅਨ ਕੈਲੰਡਰ ਹੈ ਜਦੋਂ ਉਹਦੇ ਜਦੋਂ ਅੱਜ ਕੱਲ੍ਹ ਦੇ ਕੈਲੰਡਰ January 7th ਹੁੰਦੀ ਆ, ਉਸ ਕੈਲੰਡਰ ਵਿੱਚ ਜਨਵਰੀ ਜਿਹੜੀ ਹੈ December 25th ਹੁੰਦੀ ਆ। ਸੋ December 25th ਫੋਰ ਦਾ ਮੋਸਟ ਆਫ ਦਾ ਵਰਲਡ ਇਜ਼ ਕ੍ਰਿਸਮਸ, ਫੋਰ ਈਸਟਰਨ ਔਰਥੋਡੋਕਸ ਇਟ ਇਜ਼ January 7th in Gregorian calendar, which is Julian, December 25th. So, ਕਹਿਣ ਦਾ ਭਾਵ ਹੈਗਾ ਇੱਕੋ ਤਰੀਕ ਨੂੰ ਦਸੰਬਰ 25 ਨੂੰ ਤੁਸੀਂ ਦੋ ਦੋ ਕੈਲੰਡਰਾਂ ਵਿੱਚ ਅਲੱਗ ਅਲੱਗ ਦਿਨਾਂ 'ਤੇ ਮਨਾ ਸਕਦੇ ਹੋ, ਔਰ ਇਹ ਸਾਡੇ ਨਾਲ ਵੀ ਹੁੰਦਾ ਹੈਗਾ, ਇਸ ਨੂੰ ਜਦੋਂ ਅਸੀਂ ਆਪਣੇ ਕੈਲੰਡਰਾਂ 'ਤੇ ਵੀ ਲਾਗੂ ਕਰਦੇ ਹੈਗੇ ਹਾਂ। ਇੱਕ ਹੋਰ ਐਗਜ਼ਾਮਪਲ ਹੈਗਾ ਕਿ ਜਿਹੜਾ ਹਿਸਟੋਰੀਕਲੀ ਤੁਸੀਂ ਕਿਤਾਬਾਂ 'ਚ ਦੇਖੋਗੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਗੁਰਪੁਰਬ ਦੀ ਤਰੀਕ ਹੈ ਉਹ December 22 ਦੱਸੀ ਜਾਂਦੀ ਆ, ਪਰ ਇਹ ਨਹੀਂ ਨਾਲ ਦੱਸਿਆ ਜਾਂਦਾ ਕਿ ਜੂਲੀਅਨ ਆ। ਸੋ ਵੀ ਨੀਡ ਟੂ ਕੀਪ ਇਨ ਆਰ ਮਾਇੰਡ ਦੈਟਸ ਅ ਜੂਲੀਅਨ ਡੇਟ, ਜੇ ਉਹਨੂੰ ਗ੍ਰਿਗੋਰੀਅਨ ਕਨਵਰਟ ਕਰੋਗੇ ਉਸੇ ਦਿਨ ਨੂੰ January 1st 1667। ਸੋ ਬੇਸਿਕਲੀ ਫਰਾਂਸ ਵਿੱਚ ਜੇ ਜਿਹੜੀ ਜਦੋਂ January 1st 1667 ਸੀ ਉਦੋਂ ਇੰਗਲੈਂਡ ਵਿੱਚ December 22nd ਸੀ 1666, ਉਹੀ ਗੁਰਪੁਰਬ ਦੀ ਤਰੀਕ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਅੰਗਰੇਜ਼ੀ ਕੈਲੰਡਰਾਂ ਵਿੱਚ। ਅਸੀਂ ਜਾਣਦੇ ਹਾਂ ਕਿ ਉਹ ਸਾਡੇ ਜਿਹੜੇ ਸਿੱਖ ਕੈਲੰਡਰ ਨੇ ਉਹਨਾਂ ਵਿੱਚ ਅਸੀਂ ਉਹਨੂੰ ਪੋਸ ਦੀ 7ਵੀਂ ਜਾਂ 23 ਪੋਹ ਕਰਕੇ ਜਾਣਦੇ ਹੈਗੇ ਹਾਂ, ਅਸੀਂ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ।
ਇੱਕ ਮੈਂ ਸੰਗਤ ਨਾਲ ਸ਼ੇਅਰ ਕਰਨਾ ਚਾਹੁੰਦਾ, ਇੱਕ ਬਹੁਤ ਹੀ ਆਨਲਾਈਨ ਵਧੀਆ ਰੀਸੋਰਸ ਹੈਗਾ ਆ, ਵੀਰ ਜੀ ਸਰਦਾਰ ਸਰਵ ਵੀਰ ਸਿੰਘ ਹਰਾ ਨੇ ਜਿਹੜਾ ਇਹ ਡਿਵੈਲਪ ਕੀਤਾ। ਇਜ਼ ਅ ਕੰਪਿਊਟਰ ਸਾਇੰਸ ਸਟੂਡੈਂਟ ਅਤੇ ਉਹਦੇ ਵਿੱਚ ਨਾਨਕ ਸ਼ਾਹੀ ਡੇਟ ਕਨਵਰਜਨ ਜਿਹੜੀ ਹੈਗੀ ਆ, ਬਹੁਤ ਜਿਹੜੀਆਂ ਪੁਰਾਣੀਆਂ ਨਵੀਆਂ ਤਰੀਕਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸੌਖੇ ਤਰੀਕੇ ਨਾਲ ਤਬਦੀਲ ਕੀਤੀ ਕਰਕੇ ਤੁਸੀਂ ਆਪ ਹੀ ਸਾਰੀਆਂ ਚੀਜ਼ਾਂ ਦੇਖ ਸਕਦੇ ਹੈਗੇ ਆ। ਹੁਣ ਸੋ ਅੱਜ ਦੀ ਤਰੀਕ ਬਾਰੇ ਅਸੀਂ ਹੋਰ ਜ਼ਿਕਰ ਕਰਨਾ ਹੋਵੇ, ਅਸੀਂ ਹੁਣ ਤੱਕ ਸਮਝ ਲਿਆ ਹੈਗਾ ਆ ਕਿ ਸੰਡੇ December 5th today 21 ਇਨ ਕਾਮਨ ਐਰਾ ਕੈਲੰਡਰ, ਕਿ ਹੁਣ ਇਹਨੂੰ ਨਾਨ ਡਿਨੋਮੀਨੇਸ਼ਨਲ ਕੈਲੰਡਰ ਆਪਾਂ ਸਮਝਦੇ ਹੈਗੇ ਹਾਂ। ਇਹਦੇ ਉੱਤੇ ਕ੍ਰਿਸਚੈਨਿਟੀ ਦਾ ਹੋਲਡ ਨਹੀਂ ਹੈ, ਇਹਦੇ ਉੱਤੇ ਹੁਣ ਦੁਨੀਆ ਦੀ ਸਾਇੰਟਿਫਿਕ ਕਮਿਊਨਿਟੀ ਇਸ ਨੂੰ ਤਬਦੀਲ ਕਰਦੀ ਹੈਗੀ ਆ, ਜਿਹਦੇ ਵਿੱਚ ਲੀਪ ਸੈਕਿੰਡ ਜਾਂ ਜਿੰਨੀਆਂ ਮਾਈਨਰ ਐਡਜਸਟਮੈਂਟਸ ਕਰਨੀਆਂ ਹੁੰਦੀਆਂ ਜਾਂ ਮੇਜਰ ਵੀ ਕਰਨੀਆਂ ਪੈਣ ਕਦੀ। ਸੋ ਇਟਸ ਗੋਇੰ ਟੂ ਬੀ ਦਾ ਸਾਇੰਟਿਫਿਕ ਕਮਿਊਨਿਟੀ ਡੂਇੰਗ ਇਟ, ਨਾਟ ਦਾ ਚਰਚ। ਸਰ ਜੂਲੀਅਨ ਕੈਲੰਡਰ ਹੈਗਾ, ਉਹ ਕਹਿ ਲਓ ਕਿ ਜਿਹੜੇ ਆਰਥੋਡਾਕਸ ਚਰਚਸ ਨੇ ਉਹ ਹਾਲੇ ਵੀ ਫੋਲੋ ਕਰਦੇ ਹੈਗੇ ਨੇ, ਉਹ ਵੀ ਅੱਜ ਦੀ ਤਰੀਕ ਹੈ। ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਕਿ ਇਨੀਸ਼ੀਅਲ ਇੰਟਰੋਡਕਸ਼ਨ ਉਹਦੀ ਹੋਈ ਸੀ ਪਾਲ ਸਿੰਘ ਪਰਿਵਾਲ ਹਰਾਂ ਦੀ ਸ਼੍ਰੋਮਣੀ ਕਮੇਟੀ ਨੂੰ 1998 ਵਿੱਚ, ਤੇ 1999 ਦੀ ਜਿਹੜੇ ਖਾਲਸਾ ਜਿਹੜਾ ਹੈਗਾ ਸਾਜਨਾ ਦਿਵਸ ਤੇ ਸ਼੍ਰੋਮਣੀ ਕਮੇਟੀ ਨੇ ਉਹਦੀਆਂ ਜਿਹੜੀਆਂ ਸਨ ਪ੍ਰਿੰਟਡ ਕਾਪੀਆਂ ਵੀ ਵੰਡੀਆਂ ਸਨ। ਤੇ ਉਹਦੇ ਵਿੱਚ ਉਸ ਕੈਲੰਡਰ ਵਿੱਚ ਉਸ ਨੂੰ ਅਸੀਂ ਕਹਿ ਲੈਂਦੇ ਹਾਂ ਮੂਲ, ਕਹਿਣ ਦਾ ਭਾਵ ਓਰਿਜਨਲ ਜਿਹੜਾ ਨਾਨਕ ਸ਼ਾਹੀ ਕੈਲੰਡਰ ਆ ਉਹਦੇ ਨਾਲ ਅੱਜ ਦੀ ਤਰੀਕ ਜਿਹੜੀ ਹੈਗੀ ਆ, ਮਗਰ 22553 ਗੁਰੂ ਨਾਨਕ ਸਾਹਿਬ ਦਾ ਜਿਹੜਾ 1469 ਸਨ ਜਿਹੜਾ ਉਸ ਇੱਕ ਸਨ ਇੱਕ ਮੰਨਿਆ ਜਾਂਦਾ ਹੈਗਾ, ਤੇ ਉਸ ਤੋਂ ਜੇ ਗਿਣੀਏ ਤੇ 552 ਉਹਨਾਂ ਦਾ ਗੁਰਪੁਰਬ ਜਿਹੜਾ 2021 ਵਿੱਚ ਆਏ ਨੇ, ਉਹਦੇ ਉਹ 500 ਉਸ ਸਾਲ ਦਾ ਨਾਂ 553 ਮੂਲ ਨਾਨਕ ਸ਼ਾਹੀ ਕੈਲੰਡਰ। ਤੇ ਜੇ ਬਿਕਰਮੀ ਕੈਲੰਡਰ ਵਿੱਚ ਦੇਖਿਆ ਜਾਏ ਤੇ ਤਾਂ ਵੀ ਐਤਵਾਰ ਹੈਗਾ, ਪਰ 2 ਦਿਨ ਦਾ ਫਰਕ ਪੈ ਗਿਆ, 20 ਮਗਰ ਤੇ ਬਿਕਰਮੀ ਸੰਮਤ 2078 57 ਈਅਰਸ ਇਨ ਐਡਵਾਂਸ ਚੱਲਦੀ ਹੈਗੀ ਆ ਦੂਜੇ ਸਾਲਾਂ ਨਾਲੋਂ। ਤੇ ਇੱਕ ਹੋਰ ਜਿਹੜੀ ਅਸੀਂ ਕਹਿ ਲਓ ਕਿ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆ ਕਿ ਕਈ ਸੱਜਣ ਸਮਝਦੇ ਹੈਗੇ ਨੇ ਕਿ ਗੁਰੂ ਸਾਹਿਬਾਨ ਤੋਂ ਚੱਲਦਾ ਆ ਰਿਹਾ ਕੈਲੰਡਰ ਹੈਗਾ, ਵਿਚ ਇਜ਼ ਨਾਟ ਟਰੂ। 1964 ਵਿੱਚ ਜਿਹੜੇ ਸਨ ਹਿੰਦੂ ਐਸਟਰੋਨਮਰਸ ਜਾਂ ਜਿਹੜੇ ਕੈਲੰਡਰ ਛਾਪਦੇ ਸਨ, ਉਹਨਾਂ ਨੇ ਫੈਸਲਾ ਕੀਤਾ 1964 ਵਿੱਚ ਕਿ ਜਿਹੜਾ ਸੂਰਿਆ ਸਿਧਾਂਤ ਓਲਡਰ ਮੈਥਡ ਆਫ ਕੈਲਕੂਲੇਟਿੰਗ ਉਹ ਜਿਹੜਾ ਹੈਗਾ ਉਹਦੇ ਵਿੱਚ ਇਨਐਕੁਰੇਸੀਜ਼ ਵੱਧਦੀਆਂ ਜਾ ਰਹੀਆਂ ਹੈਗੀਆਂ ਤੇ ਦੇ ਹੈਡ ਟੂ ਮੇਕ ਐਡਜਸਟਮੈਂਟਸ। ਤੇ 1964 ਤੋਂ ਬਾਅਦ ਜਿਹੜਾ ਦ੍ਰਿਕ ਗਣਿਤ, ਦ੍ਰਿਕ ਮੀਨਸ ਦੇ ਵਿਜੂਅਲੀ ਵੈਰੀਫਾਈਡ ਦੈਟ ਵਾਟ ਦ ਐਰਰ ਵਾਸ ਦੇ ਕਰੈਕਟਡ ਫੋਰ ਇਟ, ਸੋ ਉਸ ਮੈਥ ਦੀ ਆਲਟਰੇਸ਼ਨ ਨੂੰ ਦ੍ਰਿਕ ਗਣਿਤ ਦੇ ਹਿਸਾਬ ਨਾਲ ਕਹਿੰਦੇ ਹੈਗੇ ਨੇ। ਤੇ ਉਸ ਦ੍ਰਿਕ ਗਣਿਤ ਦੇ ਨਾਲ ਜਿਹੜੀ ਬਿਕਰਮੀ ਤਰੀਕ ਹੈਗੀ ਹੈ ਉਹ 20 ਮਕਰ ਹੈਗੀ ਹੈ, ਤੇ ਇਹ ਹੈਗੀ ਹੈ ਸੂਰਜ ਡੇਟ, ਸੂਰਜੀ ਡੇਟ ਜਿਹਨੂੰ ਕਹਿੰਦੇ ਆ ਸੋਲਰ ਡੇਟ। ਤੇ ਜੇ ਚੰਦਰਮਾ ਦੀ ਡੇਟ ਹੈਗੀ ਹੈ ਕਿ ਅੱਜ ਦਾ ਪੱਖ ਚੰਦਰਮਾ ਦਾ ਕੀ ਸੀਗਾ, ਉਹ ਕੀ ਹੈ, ਉਹ ਵੀ ਐਤਵਾਰ ਮਗਰ ਸੁਦੀ 1। ਸੋ ਬਿਕਰਮੀ ਕੈਲੰਡਰ ਦੇ ਵਿੱਚ ਜਦੋਂ ਅਸੀਂ ਥੋੜ੍ਹਾ ਹੋਰ ਜਾਣਕਾਰੀ ਲੈਂਦੇ ਹੈਗੇ ਹਾਂ, ਉਸ ਤੇ ਸਾਨੂੰ ਇੱਕ ਬੜੀ ਚੀਜ਼ ਡਿਫਰੈਂਟ ਹੈਗੀ ਹੈ ਬਾਕੀ ਕੈਲੰਡਰਾਂ ਨਾਲ, ਉਹ ਇਹ ਹੈਗੀ ਹੈ ਕਿ ਦੂਜੇ ਕੈਲੰਡਰਾਂ ਵਿੱਚ ਇੱਕ ਤਰੀਕ ਯੂਨੀਕਲੀ ਆਈਡੈਂਟੀਫਾਈ ਕਰਦੀ ਹੈਗੀ ਹੈ ਇੱਕ ਖਾਸ ਦਿਨ ਨੂੰ ਸਾਲ ਦੇ, ਇੱਕ ਸਾਲ ਦੇ ਵਿੱਚ। ਸੋ ਬਿਕਰਮੀ ਕੈਲੰਡਰ ਵਿੱਚ ਤੁਸੀਂ ਉਸੇ ਦਿਨ ਨੂੰ, ਉਸ ਦਿਹਾੜੇ ਨੂੰ ਤੁਸੀਂ 2 ਤਰੀਕਿਆਂ ਨਾਲ ਰੈਫਰ ਕਰ ਸਕਦੇ ਹੈਗੇ। ਇੱਕ ਤਾਂ ਹੈਗਾ ਉਹਦੀ ਸੂਰਜੀ ਡੇਟ ਜਿਹੜੀ ਕਿ 20 ਮਗਰ ਅੱਜ ਦੇ ਦਿਨ ਦੀ, ਤੇ ਦੂਸਰਾ ਤਰੀਕਾ ਹੈਗਾ ਕਿ ਚੰਦਰਮਾ ਦਾ ਪੱਖ ਕੀ ਸੀਗਾ। ਸੋ ਮਗਰ ਸੁਦੀ 1, ਇਹ ਜਿਹੜਾ ਹੁਣ ਜਿਹੜਾ ਸੂਰਜੀ ਮਗਰ ਹੈ ਔਰ ਚੰਦਰਮਾ ਹੀ ਮਗਰ ਹੈ, ਨਾਂ ਸੇਮ ਨੇ ਪਰ ਇਹ ਮਹੀਨੇ ਅਲੱਗ ਹੁੰਦੇ ਨੇ, ਅਸੀਂ ਉਹਦੇ ਬਾਰੇ ਜਾਣਕਾਰੀ ਹੋਰ ਅੱਗੇ ਲਵਾਂਗੇ। ਸੁਦੀ ਪੱਖ ਕਹਿਣ ਦਾ ਮਤਲਬ ਕਿ ਕੱਲ੍ਹ ਨੂੰ ਸੀ, 4 ਤਰੀਕ ਨੂੰ ਮੱਸਿਆ ਸੀਗੀ, ਸੋ ਮੱਸਿਆ ਤੋਂ ਬਾਅਦ ਚੰਦਰਮਾ ਵਧਣਾ ਸ਼ੁਰੂ ਹੋਇਆ। ਦ ਵੈਕਸਿੰਗ ਫੇਜ਼ ਆਫ ਦ ਮੂਨ ਇਜ਼ ਕਾਲਡ ਸੁਦੀ,
ਵੇਨਿੰਗ ਫੇਜ਼ ਜਿਹੜਾ ਹੁੰਦਾ ਮੂਨ ਦਾ ਉਹਨੂੰ ਵਧੀ ਕਹਿੰਦੇ ਹੈਗੇ ਨੇ। ਸੋ ਪੂਰਨਮਾਸ਼ੀ ਤੋਂ ਬਾਅਦ ਵਧੀਆਂ ਸ਼ੁਰੂ ਹੋ ਜਾਂਦੀਆਂ ਅਤੇ ਮੱਸਿਆ ਤੋਂ ਬਾਅਦ ਸੁਧੀ ਸੁਧੀ ਦੀਆਂ ਜਿਹੜੀਆਂ ਹੈਗੀਆਂ ਨੇ ਤਿਥੀਆਂ ਸ਼ੁਰੂ ਹੁੰਦੀਆਂ। ਉਹਨਾਂ ਨੂੰ ਤਰੀਕਾ ਨਹੀਂ ਕਹਿੰਦੇ, ਪਰਵਿਸ਼ਟੇ ਨਹੀਂ ਕਹਿੰਦੇ ਕਿ ਇਟ ਉਹਨਾਂ ਨੂੰ ਉਹਦੇ ਬਾਰੇ ਵੀ ਵਿਲ ਗੋ ਇਨ ਟੂ ਲਿਟਲ ਬਿਟ ਆਫ ਡੀਟੇਲ। ਸੋ ਲੈਟਸ ਸਮਰਾਈਜ਼। ਜਿਵੇਂ ਕਿ ਹੁਣ ਤੱਕ ਅਸੀਂ 5 ਦਸੰਬਰ ਦੀ ਹੋਈ ਗੱਲ ਕਰ ਰਹੇ ਹੈਗੇ ਹਾਂ, ਤੁਹਾਡੇ ਸਾਹਮਣੇ ਦਸੰਬਰ ਦੇ ਮਹੀਨੇ ਦਾ ਕੈਲੰਡਰ ਜਿਹੜਾ ਹੈਗਾ। ਲੈਟਸ ਫੋਕਸ ਔਨ 5th ਐਂਡ ਵੀ ਸੀ ਦੈਟ ਦ ਬਿਕਰਮੀ ਡੇਟਸ ਫੋਰ ਟੂਡੇ ਇਜ਼ 20 ਮੱਗਰ, ਬਟ ਅੰਡਰਨੀਥ ਦੈਟ ਇਜ਼ ਮੱਗਰ ਸੁਦੀ 1-2। ਸੋ ਇਹ ਸਟਰੇਂਜ, ਇੱਕ ਕਾਫੀ ਸਟਰੇਂਜ ਚੀਜ਼ ਹੁੰਦੀ ਆ ਇਹਦੇ ਵਿੱਚ। ਜਿਹੜੇ ਜਾਣਦੇ ਨੇ ਥੋੜ੍ਹਾ ਬਿਕਰਮੀ ਕੈਲੰਡਰ ਨੂੰ, ਕਈ ਇਹਦੇ ਵਿੱਚ ਤਰੀਕਾਂ ਇੱਕ ਦਿਨ ਨੂੰ ਗਾਇਬ ਹੀ ਹੋ ਜਾਂਦੀਆਂ ਨੇ ਔਰ ਕਈ ਵਾਰੀ 2-2 ਆ ਜਾਂਦੀਆਂ ਹੈਗੀਆਂ। ਸੋ ਹੁਣ ਅੱਜ ਦੇ ਦਿਨ ਵਿੱਚ ਜਿਹੜਾ ਹੈਗਾ ਆ ਡਿਸੰਬਰ 5th ਨੂੰ ਮੱਗਰ ਸੁਧੀ 1 ਵੀ ਹੈ ਅਤੇ ਮੱਗਰ ਸੁਧੀ 2 ਜਿਹੜੀ ਆ ਉਹ ਵਿੱਚ ਹੀ ਗਾਇਬ ਹੋ ਜਾਣੀ ਹੈਗੀ ਆ, ਕਿਉਂਕਿ ਅਗਲੇ ਕੱਲ੍ਹ ਨੂੰ ਮੱਗਰ ਸੁਧੀ ਦਿਨ ਹੋਣੀ ਹੈ। ਸੋ ਇਸ ਦਾ ਰੀਜ਼ਨ ਇਹ ਹੈਗਾ ਕਿ ਜਿਹੜਾ ਸੋਲਰ ਤਿਥੀ ਹੁੰਦੀ ਆ ਦੈਟ ਇਜ਼ ਨੋਟ ਅ 24-ਆਵਰ ਪੀਰੀਅਡ। ਇਹ ਮੂਨ ਧਰਤੀ ਤੋਂ ਕਿੰਨਾ ਨੇੜੇ ਆ, ਕਿੰਨਾ ਦੂਰ ਹੈ ਓਰਬਿਟ ਵਿੱਚ, ਅਤੇ ਜਿਹੜਾ ਇਸ ਦੇ ਬਾਰੇ ਥੋੜ੍ਹਾ ਹੋਰ ਅਸੀਂ ਗੱਲ ਕਰਾਂਗੇ, ਬਟ ਕਹਿਣ ਦਾ ਮਤਲਬ ਹੈਗਾ ਕਿ ਚੰਦਰਮਾ ਅਸਮਾਨ ਦੇ ਵਿੱਚ ਰੈਲੇਟਿਵ ਟੂ ਅਰਥ ਕਿੰਨੇ ਡਿਗਰੀਜ਼ ਟਰੈਵਲ ਕਰਦਾ ਹੈਗਾ, ਅਤੇ ਦੈਟ ਕੈਨ ਵੈਰੀ ਫਰੋਮ ਡੇ ਟੂ ਡੇ, ਇਟ ਕੈਨ ਵੈਰੀ ਫਰੋਮ 26 ਆਵਰਸ ਕਿ ਉਹ ਜਿਹੜਾ ਹੈਗਾ 12 degrees and 20 minutes ਦਾ ਜਿਹੜਾ ਆਰਕ ਹੈਗਾ ਰੈਲੇਟਿਵ ਟੂ ਅਰਥ ਉਹ ਕਿੰਨੀ ਦੇਰ 'ਚ ਕਵਰ ਕਰਦਾ ਹੈਗਾ। ਅਤੇ ਜਿਹੜੇ ਐਸਟ੍ਰੋਨੋਮੀ ਬਾਰੇ ਥੋੜ੍ਹਾ ਜਾਣਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਜਦੋਂ ਕੋਈ ਵੀ ਹੈਵਨਲੀ ਬਾਡੀ ਪਲੈਨਟ ਜਿਹੜਾ ਹੈਗਾ ਜਿਹਦੇ ਆਲੇ ਦੁਆਲੇ ਘੁੰਮਦਾ ਹੈਗਾ ਉਸ ਤੋਂ ਦੂਰ ਹੋਏਗਾ ਅਤੇ ਟੇਕ ਸਲੋਅਰ ਟਾਈਮ ਟੂ ਕਵਰ ਦੈਟ ਆਰਕ, ਜਦੋਂ ਨੇੜੇ ਹੁੰਦਾ ਇਟ ਕਵਰਸ ਦੈਟ ਸੇਮ ਆਰਕ ਇਨ ਸ਼ੋਰਟਰ ਪੀਰੀਅਡ। ਸੋ ਇਸ ਕਰਕੇ ਜਦੋਂ ਅਸੀਂ ਦੇਖਿਆ ਕਿ ਕਈ ਤਿਥੀਆਂ ਜਿਹੜੀਆਂ ਹੈਗੀਆਂ ਨੇ ਉਹ ਦਿਨ 'ਚ 2-2 ਵਾਰੀ ਆ ਜਾਂਦੀਆਂ, ਇੱਕ ਦਿਨ 'ਚ ਹੀ 2 ਵਾਰੀ ਆ ਜਾਂਦੀਆਂ ਹੈਗੀਆਂ। ਹੁਣ ਇਸੇ ਤਰੀਕੇ ਨਾਲ ਜੇ ਤੁਸੀਂ ਵੇਖੋਗੇ ਜਿਵੇਂ ਕਿ ਇਹਨੂੰ ਸਕਿੱਪ ਮੰਨੀ ਜਾਏਗਾ, 2-2 ਜਿਹੜੀ ਤਿਥੀ ਹੈ, ਤਿਥੀ 2 ਆ ਉਹ ਸਕਿੱਪ ਹੋ ਗਈ, ਕੱਲ੍ਹ ਨੂੰ 6 ਦਸੰਬਰ ਨੂੰ ਸਿੱਧਾ 3 ਉੱਤੇ ਪਹੁੰਚ ਜਾਣਾ ਹੈਗਾ ਜਿਹੜੀ ਜਿਹੜੀ ਲੂਨਰ ਡੇਟ ਹੈਗੀ ਆ ਮੱਗਰ ਸੁਧੀ 3। ਸੋ ਤੁਸੀਂ ਬਾਕੀ ਦਾ ਕੈਲੰਡਰ ਵੇਖਦੇ ਜਾਓਗੇ ਕਈ ਵਾਰੀ ਦੇਰ ਆਰ ਡੁਪਲੀਕੇਟ ਵੀ ਹੈ ਤੁਹਾਨੂੰ ਨਜ਼ਰ ਆਉਣਗੀਆਂ ਜਿਹਦੇ ਵਿੱਚ ਤੁਸੀਂ ਦੇਖੋਗੇ 17 ਦਸੰਬਰ ਅਤੇ 18 ਦਸੰਬਰ ਨੂੰ ਮੱਗਰ ਸੁਧੀ 14 ਹੈ, ਦੋਵੇਂ ਦਿਨਾਂ ਨੂੰ ਮੱਗਰ ਸੁਧੀ 14 ਹੈਗੀ ਆ। ਸੋ ਤਿਥੀ ਜਿਹੜੀ ਚੰਦਰਮਾ ਹੀ ਪੱਖ ਆ ਉਹ ਕਈ ਵਾਰੀ ਡੁਪਲੀਕੇਟ ਹੁੰਦਾ ਆ, ਕਿਸੇ ਦਿਨ 2-2 ਆ ਜਾਂਦੇ ਨੇ, ਕਈ ਵਾਰੀ 2 ਦਿਨਾਂ ਵਿੱਚ ਇੱਕੋ ਹੀ ਤਿਥੀ ਰਹਿੰਦੀ ਹੈਗੀ ਆ। ਸੋ ਦੈਟ ਇਜ਼ ਦ ਕੰਪਲੈਕਸਿਟੀ ਆਫ ਦ ਬਿਕਰਮੀ ਕੈਲੰਡਰ। ਇੱਕ ਹੋਰ ਚੀਜ਼ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜੇ 15 ਦਸੰਬਰ ਵੱਲ ਧਿਆਨ ਦਿਓ ਤੇ ਤੁਸੀਂ ਦੇਖੋਗੇ ਕਿ ਮਹੀਨਾ ਜਿਹੜਾ ਹੈਗਾ 14 ਤੋਂ ਬਾਅਦ 29 ਮੱਗਰ ਤੋਂ ਬਾਅਦ 1 ਪੋਹ ਹੋ ਗਿਆ, ਪੋਹ ਦਾ ਮਹੀਨਾ ਚੜ ਗਿਆ। ਇਟਸ ਅ ਸੋਲਰ ਮੰਥ, ਬਟ ਦ ਲੂਨਰ ਮੰਥ ਇਜ਼ ਸਟਿਲ ਮੱਗਰ। ਸੋ ਮੱਗਰ ਸੁਧੀ 11 ਤੋਂ ਬਾਅਦ ਮੱਗਰ ਸੁਧੀ 12 ਆਈਆਂ, ਹਾਲੇ ਲੂਨਰ ਮੰਥ ਇਜ਼ ਸਟਿਲ ਮੱਗਰ, ਬਟ ਦ ਸੋਲਰ ਬਿਕਰਮੀ ਮੰਥ ਹੈਜ਼ ਚੇਂਜਡ ਫਰੋਮ ਮੱਗਰ ਟੂ ਪੋਹ ਔਨ 15th। ਸੋ ਬਿਕਰਮੀ ਕੈਲੰਡਰ ਵਿੱਚ ਜਿਹੜੀਆਂ ਹੁੰਦੀਆਂ ਮਹੀਨਾ ਕਦੋਂ ਬਦਲਣਾ, ਇੱਕ ਮਹੀਨੇ 'ਚ ਕਿੰਨੇ ਦਿਨ ਨੇ, ਇਟ ਇਜ਼ ਨਾਟ ਫਿਕਸਡ, ਇਟਸ ਨਾਟ ਪ੍ਰਿਡਿਕਟੇਬਲ, ਇਟ ਇਜ਼ ਅ ਕੰਪਲੈਕਸ ਕੈਲਕੂਲੇਸ਼ਨ, ਅਤੇ ਇਸ ਕਰਕੇ ਇਹਦੀ ਜਿਹੜੀ ਕੰਪਲੈਕਸਿਟੀ ਤੋਂ ਛੁਟਕਾਰਾ ਪਾਉਣ ਲਈ ਕਹਿ ਲਓ ਗੁਰਬਾਣੀ ਦੇ ਆਧਾਰ 'ਤੇ ਜਿਹੜਾ ਕੈਲੰਡਰ ਭਾਲ ਸਿੰਘ ਪੁਰੇਵਾਲ ਹਰਾ ਨੇ ਬਣਾਇਆ, ਪੇਸ਼ ਕੀਤਾ ਸਿੱਖ ਕੌਮ ਨੂੰ, ਉਸ ਬਾਰੇ ਥੋੜ੍ਹਾ ਅਸੀਂ ਹੋਰ ਅੱਗੇ ਸਮਝਦੇ ਹੈਗੇ ਹਾਂ। ਲੈਟਸ ਰੀਕੈਪ ਜਿਹੜੇ ਅਸੀਂ ਜਾਣਦੇ ਹੈਗੇ ਹਾਂ ਕੈਲੰਡਰ ਦੇ ਬਰਾਡ ਕੈਟਾਗਰੀਜ਼ ਉਹ ਹੈਗੀਆਂ ਨੇ ਕਿ ਦੇਰ ਇਜ਼ ਅ ਸੋਲਰ ਟ੍ਰੋਪਿਕਲ ਕੈਲੰਡਰ ਜਿਹਨੂੰ ਮੌਸਮੀ ਕੈਲੰਡਰ ਜਿਹੜਾ ਹੈਗਾ ਗ੍ਰਿਗੋਰੀਅਨ, ਵੈਸੇ ਤਾਂ ਜੂਲੀਅਨ ਵੀ ਜਦੋਂ ਬਣਾਇਆ ਸੀ ਜੂਲੀ ਸੀਜ਼ਨ ਨੇ, ਦੇ ਵਾਂਟਡ ਟੂ ਗੈਟ ਅਵੇ ਫਰੋਮ ਜਿਹੜੀਆਂ ਹੈਗਾ ਡਰਿਫਟ
ਓਵਰ ਟਾਈਮ ਜਿਹੜੀ ਹੁੰਦੀ ਸੀ ਪੁਰਾਣੇ ਕੈਲੰਡਰਾਂ ਵਿੱਚ, ਜਿਹੜਾ ਪੁਰਾਣਾ ਰੋਮਨ ਕੈਲੰਡਰ ਸੀਗਾ ਉਹ ਉਹ ਬਿਕਰਮੀ ਕੈਲੰਡਰ ਹੀ ਉਹਦਾ ਰੂਪ ਹੈਗਾ ਆ। ਅਤੇ ਇਹ ਜਿਹੜੀ ਇੰਡੀਆ 'ਚ ਐਸਟਰਾਨਮੀ ਆਈ ਹੈਗੀ ਹੈ, ਇਹ ਸਾਰੀ ਸਾਰੀ ਜਿਹੜੀ ਹੈਗੀ ਆ ਉੱਥੋਂ ਗ੍ਰੀਕਸ ਰਾਹੀਂ ਹੀ ਇੰਡੀਆ ਵਿੱਚ ਜਿਹੜੀ ਹੈ ਇਹ ਪ੍ਰਵੇਸ਼ ਕੀਤੀ ਹੈ, ਆਈ ਹੈ, ਅਤੇ ਹਿੰਦੁਸਤਾਨ ਵਿੱਚ ਇਸ ਨੂੰ ਹੀ ਬਾਅਦ 'ਚ ਐਸਟ੍ਰੋਲੋਜੀ ਵੱਲ ਇਹਨੂੰ ਜ਼ਿਆਦਾ ਵਰਤਿਆ ਗਿਆ। ਅਤੇ ਇਸੇ ਕਰਕੇ ਇਹਦੀ ਕੰਪਲੈਕਸਿਟੀ ਹਾਲੇ ਵੀ ਪ੍ਰਸਿਸਟ ਕਰਦੀ ਹੈਗੀ ਆ ਟ੍ਰੈਡੀਸ਼ਨਲ ਆਬਜ਼ਰਵੇਸ਼ਨਸ ਵਿੱਚ। ਹਾਲਾਂਕਿ ਇਹਦਾ ਜੇ ਤੁਸੀਂ ਦੇਖੋਗੇ ਤਾਂ ਮੌਸਮ ਨਾਲੋਂ ਇਹ ਟੁੱਟਾ ਹੁੰਦਾ। ਸੋ ਲੂਨਰ ਕੈਲੰਡਰ ਅਸੀਂ ਜਾਣਦੇ ਹੈਗੇ ਹਾਂ, ਇਸਲਾਮਿਕ ਹਿਜਰੀ ਕੈਲੰਡਰ ਹੈ, ਦੇ ਡੋਂਟ ਕੇਅਰ ਅਬਾਊਟ ਕਿਹੜਾ ਮੌਸਮ ਆ ਜਾਂ ਧਰਤੀ ਸੂਰਜ ਦੇ ਦੁਆਲੇ 360 ਡਿਗਰੀ ਘੁੰਮ ਗਈ ਕਿ ਨਹੀਂ ਘੁੰਮੀ। ਇਟ ਇਜ਼ ਬੇਸਿਕਲੀ ਐਵਰੀ ਜਿਹੜਾ ਲੂਨਰ ਪੀਰੀਅਡ ਹੈਗਾ ਆ ਨਿਊ ਮੂਨ ਟੂ ਨਿਊ ਮੂਨ, ਦੈਟਸ ਦ ਮੰਥ ਇਨ ਹਿਜਰੀ ਕੈਲੰਡਰ। ਜਿਹੜਾ ਇੱਕ 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 ਕਨਫਿਊਜ਼ਨ ਜਿਹੜੀ ਦੂਰ ਕਰਦੀ ਹੈਗੀ ਆ ਇਸ ਕੈਲੰਡਰ ਨੂੰ ਪ੍ਰਸਾਈਸਲੀ ਸਮਝ ਲਈ, ਇਹਨੂੰ ਸਮਝਣ ਲਈ ਅਸੀਂ ਕਈ ਵਾਰੀ ਬਿਕਰਮੀ ਨੂੰ ਲੂਨੋ ਸੋਲਰ ਕੈਲੰਡਰ ਕਹਿ ਦਿੰਦੇ ਹਾਂ। ਪਰ ਇਸ ਦਾ ਜਿਹੜਾ ਸਹੀ ਜਾਂ ਪ੍ਰਸਾਈਸ ਡੈਫੀਨੇਸ਼ਨ ਹੈਗੀ ਆ ਉਹ ਹੈਗਾ ਆ ਕਿ ਬਿਕਰਮੀ ਕੈਲੰਡਰ ਇਜ਼ ਅ ਸਾਈਡੀਰੀਅਲ ਕੈਲੰਡਰ। ਇਸ ਦਾ ਤਾਲੁਕ ਹੈਗਾ ਆ ਕਿ ਬਈ ਰੈਫਰੈਂਸ ਟੂ ਕੌਂਸਲੇਸ਼ਨਸ ਦਾ, ਉਹਦੇ ਨਾਲ ਧਰਤੀ ਦੇ ਰਿਸਪੈਕਟ ਤੋਂ ਕਦੋਂ ਜਿਹੜਾ ਰਾਤ ਦਾ ਸਮਾਨ ਆ ਕਿੰਨੀ ਚਿਰ ਬਾਅਦ ਰਿਪੀਟ ਕਰਦਾ ਹੈਗਾ। ਬੇਸਿਕਲੀ ਰੈਲੇਟਿਵ ਟੂ ਸਨ ਜਿਹੜੀ ਸੰਗਰਾਂਦ ਦੀ ਡੈਫੀਨੇਸ਼ਨ ਆ ਬਹੁਤ ਪੁਰਾਣੀ ਹੈਗੀ ਆ, ਉਹ ਉਹਨਾਂ ਦੇ ਆਧਾਰ 'ਤੇ ਮੈਂ ਜਿਹੜਾ ਅੱਗੇ ਪਿਕਚਰ ਹੈਗੀ ਆ ਉਹ ਅਸੀਂ ਦੇਖਦੇ ਹੈਗੇ ਹਾਂ। ਇੱਕ ਮਿੰਟ ਮੈਂ ਦੇਖਦਾ। ਸੋ ਇਸ ਪਿਕਚਰ ਵਿੱਚ ਦੱਸਿਆ ਹੈਗਾ ਕਿ ਜੇ ਧਰਤੀ ਰਾਈਟ ਹੈਂਡ ਸਾਈਡ 'ਤੇ ਜਿਹੜੀ ਪਿਕਚਰ ਹੈਗੀ ਆ ਇਹ ਉਦੋਂ ਦੀ ਪਿਕਚਰ ਹੈ ਜਦੋਂ ਵੈਸੇ ਤਾਂ ਓਰੀਜਨਲੀ ਮੰਨਿਆ ਜਾਂਦਾ ਸੀ ਕਿ ਧਰਤੀ ਖੜ੍ਹੀ ਹੈ ਅਤੇ ਸੂਰਜ ਆਸੇ ਪਾਸੇ ਘੁੰਮਦਾ, ਉਹਦੇ ਆਲੇ ਦੁਆਲੇ ਘੁੰਮਦਾ। ਬਟ ਰੈਲੇਟਿਵਲੀ ਸਪੀਕਿੰਗ ਆਬਜ਼ਰਵੇਸ਼ਨਲੀ ਇਟਸ ਅ ਸੇਮ ਫਿਨਾਮਿਨਾ। ਜੇ ਤੁਸੀਂ ਲਾਈਨ ਡਰਾ ਕਰੋ ਫਰੋਮ ਅਰਥ ਥਰੂ ਦਾ ਸਨ ਐਂਡ ਵਟ ਕੌਂਸਲੇਸ਼ਨ ਇਜ਼ ਬਿਹਾਈਂਡ ਦਾ ਸਨ ਐਂਡ ਵੈਨ ਯੂ ਮੂਵ ਯੋਰ ਪੁਆਇੰਟਰ ਫਰੋਮ ਵਨ ਕੌਂਸਲੇਸ਼ਨ ਟੂ ਅਨਦਰ, ਇਹਨੂੰ ਸੰਗਰਾਂਦ ਕਹਿੰਦੇ ਹੈਗੇ। ਅਤੇ ਇਹ 12 ਸੰਗਰਾਂਦਾਂ ਤੋਂ ਬਾਅਦ ਜਿਹੜਾ ਹੈਗਾ ਸਾਲ ਉਹ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਧਰਤੀ ਵਾਪਸ ਉਸੇ ਜਗ੍ਹਾ 'ਤੇ ਆ ਗਈ ਇੱਕ ਸਾਲ ਕੰਪਲੀਟ ਕਰਕੇ। ਸੋ ਜਿਹੜਾ ਸਾਈਡੀਰੀਅਲ ਐਸਪੈਕਟ ਧਰਤੀ ਦਾ ਹੈਗਾ ਵਰਸਿਸ ਸਾਈਡੀਰੀਅਲ ਐਸਪੈਕਟ ਆਫ ਦ ਮੂਨ ਆਰ ਟੂ ਡਿਫਰੈਂਟ ਥਿੰਗਸ। ਇਹਦੇ ਵਿੱਚ ਇਸ ਪਿਕਚਰ ਵਿੱਚ ਜਿਹੜਾ ਅਸੀਂ ਕਾਮਨਲੀ ਵਾਕਫ ਹੈਗੇ ਹਾਂ ਕਿਹੜੇ ਫਿਨਾਮਿਨਾ ਨਾਲ ਕਿ ਬਈ ਜੇ ਫੁੱਲ ਮੂਨ ਜਾਂ ਨਿਊ ਮੂਨ ਟੂ ਨਿਊ ਮੂਨ ਜਿਹੜਾ ਸਾਡਾ ਪੀਰੀਅਡ ਹੈਗਾ ਇਹ ਪਿਕਚਰ ਵਿੱਚ ਇਫ ਯੂ ਲੁੱਕ ਐਟ ਟੀ ਇਕੁਅਲਸ 0 ਡੇ ਐਟ ਦ ਬਾਟਮ ਰਾਈਟ, ਅਤੇ ਉਦੋਂ ਫਰੋਮ ਪਰਸਪੈਕਟਿਵ ਆਫ ਦ ਅਰਥ ਇਟਸ ਅ ਨਿਊ ਮੂਨ ਜਿਹਨੂੰ ਮੱਸਿਆ ਕਹਿੰਦੇ ਹੈਗੇ ਹਾਂ, ਅਤੇ ਧਰਤੀ ਵਿਚਕਾਰ ਹੈਗੀ ਆ ਸੂਰਜ ਅਤੇ ਚੰਦਰਮਾ ਵਿਚਕਾਰ ਹੈਗਾ ਸੂਰਜ ਅਤੇ ਧਰਤੀ ਦੇ, ਅਤੇ ਜਦੋਂ ਇਹੋ ਹੀ 360 ਡਿਗਰੀ ਚੰਦਰਮਾ ਘੁੰਮ ਜਾਏਗਾ ਉਹ ਤੁਸੀਂ ਦੇਖੋਗੇ ਕਿ ਧਰਤੀ ਜਿਹੜੀ ਆ ਸੂਰਜ ਦੇ ਦੁਆਲੇ ਵੀ ਘੁੰਮ ਗਈ, ਅਤੇ ਟਾਈਮ ਇਕੁਅਲਸ ਟੂ 27.3 ਡੇਜ਼ ਯੂ ਹੈਵ ਕੰਪਲੀਟਿਡ ਅ ਲੂਨਰ ਸਾਈਡੀਰੀਅਲ ਪੀਰੀਅਡ ਵਿਚ ਇਜ਼ ਜਿਹੜਾ ਹੈਗਾ ਆ ਕਿ ਫੇਜ਼ ਫੁੱਲ ਮੂਨ ਟੂ ਫੁੱਲ ਮੂਨ ਇਸ ਲਿਲ ਹਾਇਰ ਇਨ ਨੰਬਰ ਆਫ ਡੇਜ਼। ਸੋ ਈਵਨ ਦੋ ਤੁਸੀਂ 360 ਡਿਗਰੀ ਮੂਨ ਤੱਕ ਘੁੰਮ ਗਿਆ ਧਰਤੀ ਦੇ ਆਲੇ ਦੁਆਲੇ ਪਰ ਉਹ 27 ਦਿਨ ਹੀ ਲੱਗੇ, ਪਰ ਜੇ ਤੁਸੀਂ ਨਿਊ ਮੂਨ ਤੱਕ ਵੇਟ ਕਰਨਾ ਹੈਗਾ ਬਿਕਾਜ਼ ਅਰਥ ਹੈਜ਼ ਚੇਂਜ ਇਸ ਪੋਜੀਸ਼ਨ ਰੈਲੇਟਿਵ ਟੂ ਸਨ ਇਟ ਟੇਕਸ ਕਪਲ ਆਫ ਮੋਰ ਡੇਜ਼ ਟੂ ਗੈਟ ਬੈਕ ਟੂ ਦਾ ਸੇਮ ਫੇਜ਼ ਨਿਊ ਮੂਨ। ਸੋ ਇਸੇ ਕਰਕੇ 27 ਦਿਨ ਦਾ ਜਿਹੜਾ ਹੈਗਾ ਆ ਤੁਸੀਂ ਬਿਕਰਮੀ ਕੈਲੰਡਰ ਵਿੱਚ 27 ਨਛੱਤਰ ਹੁੰਦੇ ਨੇ, ਦੇਰ ਆਰ ਕੌਂਸਲੇਸ਼ਨਸ ਦੈਟ ਡਿਟਰਮਿਨ ਕਿ ਕਿਹੜੀ ਕੌਂਸਲੇਸ਼ਨ ਵਿੱਚ ਮੂਨ ਹੈਗਾ ਆ ਔਨ ਅ ਪਰਟੀਕੁਲਰ ਡੇ
ਐਂਡ ਫਰੋਮ ਦੋਜ਼ 20 ਉਹ ਜਿਹੜੀਆਂ ਹੈਗੀਆਂ ਨੇ ਉਹ ਆਰਕ ਡਿਫਾਈਨ ਕਰਦੀਆਂ ਹੈਗੀਆਂ 12 ਡਿਗਰੀਜ਼ ਐਂਡ 20 ਮਿਨਟਸ ਕਿ ਤਿਥੀ ਬਦਲਦੀ ਹੈ ਉਸ ਹਿਸਾਬ ਨਾਲ। ਸੋ ਇਹ ਬਿਕਰਮੀ ਕੈਲੰਡਰ ਦਾ ਬੈਕਗਰਾਉਂਡ ਤੇ ਉਹ ਚੱਲਦਾ ਹੈਗਾ ਤੇ ਮਹੀਨੇ ਦਾ ਜਿਹੜਾ ਚੇਂਜ ਹੈਗਾ ਫਰੋਮ ਫੇਜ਼ ਟੂ ਫੇਜ਼ ਦੈਟ ਇਜ਼ ਆਬਵੀਅਸਲੀ ਨਿਊ ਮੂਨ ਐਂਡ ਫੁੱਲ ਮੂਨ ਤੇ ਜਿਹੜਾ ਨਵਾਂ ਮਹੀਨਾ ਪੰਜਾਬ ਵਿੱਚ ਹੁਣ ਇਹ ਵੀ ਇੰਪੋਰਟੈਂਟ ਚੀਜ਼ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਬਿਕਰਮੀ ਕੈਲੰਡਰ ਦਾ ਮਨਾਇਆ ਜਾਂਦਾ ਹੈਗਾ ਉਹ ਮਹੀਨਾ ਪੁਰਾਣੇ ਟ੍ਰੈਡੀਸ਼ਨ ਵਿੱਚ ਜਦੋਂ ਪੂਰਨਮਾਸ਼ੀ ਤੋਂ ਜਿਹੜਾ ਹੈਗਾ ਅਗਲਾ ਦਿਨ ਇਜ਼ ਦਾ ਮੰਥ ਨੈਕਸਟ ਨੈਕਸਟ ਡੇ ਵਧੀ ਇੱਕ ਆਈ ਮੀਨ ਸੁਦੀ ਇੱਕ ਸੋਰੀ ਤੋ ਸੁਦੀ ਇੱਕ ਤੋਂ ਨਵਾਂ ਮਹੀਨਾ ਚੜ੍ਹਦਾ ਹੈਗਾ। ਔਰ ਹੁਣ ਇਹ ਵੀ ਜਿਹੜੀ ਹੈਗੀ ਹੈ ਡਿਫਰੈਂਟ ਕਹਿ ਲਓ ਕਿ ਟ੍ਰੈਡੀਸ਼ਨਸ ਹੈਗੇ ਨੇ ਸਾਊਥ ਇੰਡੀਆ ਵਿੱਚ ਜਿਹੜਾ ਹੈਗਾ ਉਹ ਨਿਊ ਮੂਨ ਤੋਂ ਹੋ ਸਕਦਾ ਬਈ ਜਿਹੜਾ ਨਵਾਂ ਮਹੀਨਾ ਚੜ੍ਹਦਾ ਹੈਗਾ ਜਿਹਨੂੰ ਕਿ ਕ੍ਰਿਸ਼ਨਾ ਪਕਸ਼ ਜਾਂ ਸ਼ੁਕਲਾ ਪਕਸ਼ ਮੂਨ ਦਾ ਕਹਿੰਦੇ ਹੈਗੇ ਨੇ। ਤੇ ਜਿਹੜਾ ਇੱਕ ਹੋਰ ਪੰਜਾਬ ਵਿੱਚ ਟ੍ਰੈਡੀਸ਼ਨ ਹੈਗਾ ਇਹਦੇ ਵਿੱਚ ਦ ਕੰਪਲੈਕਸਿਟੀ ਗੋਜ਼ ਇਨ ਦ ਗਰੋਜ਼ ਇਨ ਦ ਬਿਕਰਮੀ ਕੈਲੰਡਰ ਕਿ ਜਿਹੜਾ ਇੰਗਲਿਸ਼ ਕੈਲੰਡਰ ਵਿੱਚ ਵੀ ਨੋ ਮਿਡਨਾਈਟ ਟੂ ਨੈਕਸਟ ਮਿਡਨਾਈਟ ਇਜ਼ ਅ ਡੇ ਬਿਕਰਮੀ ਕੈਲੰਡਰ ਵਿੱਚ ਪੰਜਾਬ ਵਿੱਚ ਸਨਰਾਈਜ਼ ਟੂ ਨੈਕਸਟ ਸਨਰਾਈਜ਼ ਇਜ਼ ਅ ਡੇ ਸਾਊਥ ਇੰਡੀਆ ਵਿੱਚ ਇਜ਼ ਅ ਸਨਸੈਟ ਟੂ ਨੈਕਸਟ ਸਨਸੈਟ ਇਜ਼ ਅ ਡੇ। ਸੋ ਇਹਨਾਂ ਇਹਨਾਂ ਡਿਫਰੈਂਸਿਸ ਕਰਕੇ ਹੁਣ ਕਿਹੜੀ ਜੰਤਰੀ ਵੇਖ ਕੇ ਤੁਸੀਂ ਸਿੱਖਾਂ ਦੀ ਕਿਹੜੀ ਤਰੀਕ ਦੱਸਦੇ ਹੋ ਇਹਦੇ ਵਿੱਚ ਵੀ ਸਲਾਈਟ ਕਨਫਿਊਜ਼ਨਸ ਆ ਜਾਂਦੀਆਂ ਹੈਗੀਆਂ ਜਿਵੇਂ ਡਾਕਟਰ ਗੰਡਾ ਸਿੰਘ ਹਰਾ ਨੇ ਜੇ ਤੁਸੀਂ ਆਨਲਾਈਨ ਸਰਚ ਵੀ ਕਰੋਗੇ ਤੇ ਉਹਨਾਂ ਨੇ ਜਿਹੜੀ ਤਰੀਕ ਦੱਸੀ ਹੈਗੀ ਹੈ ਵਿਸਾਖੀ 1699 ਦੀ ਉਹ 30 ਮਾਰਚ ਦੀ ਹੈਗੀ ਹੈ ਆਫ 1699 ਕਿਉਂਕਿ ਸਾਊਥ ਇੰਡੀਆ ਦੇ ਹਿਸਾਬ ਨਾਲ ਉਹਨਾਂ ਦੀ ਸਾਊਥ ਇੰਡੀਅਨ ਜੰਤਰੀ ਜਿਹੜੀ ਉਹਨਾਂ ਨੇ ਰੈਫਰ ਕੀਤੀ ਉਹਦੇ ਵਿੱਚ ਉਹ 30 ਮਾਰਚ ਠੀਕ ਹੈਗੀ ਹੈ ਪਰ ਜਿਹੜਾ ਜਿਹੜਾ ਪੰਜਾਬ ਵਿੱਚ ਟ੍ਰੈਡੀਸ਼ਨ ਹੈਗਾ ਆ ਸਨਰਾਈਜ਼ ਟੂ ਸਨਰਾਈਜ਼ ਉਹਦੇ ਹਿਸਾਬ ਨਾਲ ਉਹ 29 ਮਾਰਚ ਜਿਹੜੀ ਹੈਗੀ ਹੈ ਐਕਚੁਅਲ ਜੂਲੀਅਨ ਡੇਟ ਜਿਹੜੀ ਵਿਸਾਖੀ ਦੀ ਹੈਗੀ ਆ ਉਹ ਬਣਦੀ ਹੈਗੀ ਆ 29 ਮਾਰਚ 1699 ਤੇ ਜੇ ਅਸੀਂ ਉਹਨੂੰ ਗ੍ਰਗੋਰੀਅਨ ਵਿੱਚ ਉਹ ਤਰੀਕ ਜਾਣਨੀ ਹੋਵੇ ਤਾਂ ਉਹ 8 April 8th ਜਿਹੜੀ ਹੈਗੀ ਆ ਉਹ ਗ੍ਰਗੋਰੀਅਨ ਡੇਟ ਹੋਵੇਗੀ। ਸੋ ਇਹ ਵੀ ਹੁਣ ਕਨਫਿਊਜ਼ਨ ਅੱਗੇ ਆ ਗਈ ਵੀ 8 ਨੂੰ ਉਦੋਂ ਸੀ ਜਾਂ ਜੋ ਵੀ ਚਲੋ ਅੱਜ ਦੇ ਕੈਲੰਡਰ ਨਾਲ ਉਹ 8 ਹੈਗੀ ਆ ਤੇ ਅਸੀਂ ਹੁਣ 14 ਤੇ ਕਿਵੇਂ ਪਹੁੰਚ ਗਏ। ਸੋ ਦੈਟਸ ਦ ਡਰਿਫਟ ਆਫ ਦ ਬਿਕਰਮੀ ਕੈਲੰਡਰ ਕਿਉਂਕਿ ਉਦੋਂ ਤਾਂ 8 ਦੀ ਹੋਈ ਸੀ ਪਰ ਬਿਕਰਮੀ ਕੈਲੰਡਰ ਜਿਹੜਾ ਹੈਗਾ ਮੌਸਮ ਨਾਲੋਂ ਟੁੱਟਾ ਹੋਣ ਕਰਕੇ ਹੌਲੀ ਹੌਲੀ ਡਰਿਫਟ ਕਰਦਾ ਹੈਗਾ ਤੇ ਲੈਟਸ ਲੁੱਕ ਇਨਟੂ ਦੈਟ ਅ ਲਿਟਲ ਬਿਟ। ਸੋ ਅਸੀਂ ਹੁਣ ਅਸੀਂ ਦੇਖਿਆ ਕਿ ਬਈ ਕੈਲੰਡਰ ਜਿਹੜੇ ਨੇ ਬਰਾਡਲੀ ਸਪੀਕਿੰਗ ਜਿਹੜੇ ਜਿਹੜਾ ਬਿਕਰਮੀ ਕੈਲੰਡਰ ਹੈ ਸਾਈਡੀਰੀਅਲ ਕੈਲੰਡਰ ਹੋਣ ਕਰਕੇ ਮੌਸਮਾਂ ਤੋਂ ਟੁੱਟਾ ਹੁੰਦਾ ਇਟ ਡਜ਼ਨਟ ਕੇਅਰ ਵਟ ਸੀਜ਼ਨ ਇਜ਼ ਔਨ ਅਰਥ ਇਟ ਕੁਡ ਬੀ ਅ ਮਿਡਲ ਆਫ ਵਿੰਟਰ ਜੇ ਜਦੋਂ ਹੁਣ ਹੈਗਾ ਤੇ ਬਟ ਇਨ ਥਾਊਜ਼ੰਡਸ ਆਫ ਈਅਰ ਇਟ ਕੁਡ ਬੀ ਅ ਮਿਡਲ ਆਫ ਸਮਰ ਯੂ ਨੋ ਐਟ ਦ ਸੇਮ ਪੁਆਇੰਟ ਬਿਕੋਜ਼ ਆਫ ਅਰਥ ਜਿਹੜੀ ਪ੍ਰਸੈਸ਼ਨ ਹੈਗੀ ਆ ਅਰਥ ਦੇ ਜਿਹੜੀ ਟਿਲਟਡ ਐਕਸਿਸ ਹੈਗੀ ਆ ਡਜ਼ਨਟ ਇਟਸ ਨਾਟ ਸਟੇਸ਼ਨਰੀ ਇਟ ਆਲਸੋ ਹੈਜ਼ ਅ ਮੂਵਮੈਂਟ ਕਾਲਡ ਪ੍ਰਸੈਸ਼ਨ ਵਿਦ ਅ ਸਾਈਕਲ ਆਫ ਆਲਮੋਸਟ 30,000 ਈਅਰਸ ਪਰ ਉਹਦਾ ਹਰ ਸਾਲ ਆਬਜ਼ਰਵੇਸ਼ਨ ਹੁੰਦੀ ਹੈਗੀ ਆ ਕਿ 20 ਮਿੰਟ ਜਿਹੜਾ ਹੈਗਾ ਆ ਇਹ ਦੋਵਾਂ ਸਾਲਾਂ ਦੇ ਵਿੱਚ ਪੀਰੀਅਡ ਡਿਫਰੈਂਸ ਜਿਹੜੀ ਹੈਗੀ ਉਹ ਇਸੇ ਕਰਕੇ ਹੈਗੀ ਆ। ਤੇ ਜਿਹੜਾ ਮੌਸਮ ਨਾਲ ਜਦੋਂ ਤੁਸੀਂ ਰੱਖਣਾ ਹੁੰਦਾ ਕੈਲੰਡਰ ਨੂੰ ਜੋੜ ਕੇ ਬੇਸਿਕਲੀ ਤੁਹਾਡੇ ਕੈਲੰਡਰ ਵਿੱਚ ਇਕੁਇਨੋਕਸਿਸ ਸੋਲਸਟਿਸਿਸ ਇੱਕੋ ਦਿਨ ਆਉਣੇ ਚਾਹੀਦੇ ਹੈਗੇ ਨੇ ਜੇ ਤੁਹਾਡਾ ਮੌਸਮ ਨਾਲ ਜੁੜਿਆ ਹੋਇਆ ਕੈਲੰਡਰ ਹੈਗਾ। ਸੋ ਇਸੇ ਕਰਕੇ ਜਿਹੜਾ ਸਨ ਡਾਇਲ ਹੈਗਾ ਆ ਯੂ ਯੂ ਸੀ ਆਪਣੇ ਦਰਬਾਰ ਸਾਹਿਬ ਵੀ ਲੱਗਾ ਹੋਇਆ ਸਨ ਡਾਇਲ ਜਿਹੜੇ ਜਾਣਦੇ ਹੈਗੇ ਨੇ ਕਿ ਇਹ ਇਸ ਦੀ ਜਿਹੜੀ ਹੈਗੀ ਹੈ ਬਣਤਰ ਉਹ 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 ਤੁਹਾਨੂੰ ਦੱਸਦੀ ਹੈਗੀ ਹੈ ਕਿ ਜਦੋਂ ਵੱਡੇ ਤੋਂ ਵੱਡਾ ਦਿਨ ਛੋਟੇ ਤੋਂ ਛੋਟਾ ਦਿਨ ਜਿਹੜਾ ਹੈਗਾ ਆ ਸਮਰ ਐਂਡ ਵਿੰਟਰ ਸੋਲਸਟਿਸ ਸੋਲਸਟਿਸ ਤੇ ਉਹਦੇ ਵਿੱਚ ਦ ਸ਼ੈਡੋ ਦਾ ਲੰਬਾ ਛੋਟਾ ਹੋਣਾ ਇਹ ਗੁਰਬਾਣੀ ਵਿੱਚ ਇਸਦਾ ਜ਼ਿਕਰ ਵੀ ਹੈਗਾ ਆ ਕਿ ਗੁਰੂ ਨਾਨਕ ਸਾਹਿਬ ਦੇ ਕੀ ਕਹਿੰਦੇ 12 ਮਾਹ ਵਿੱਚ ਅਸੀਂ ਉਹਦੇ ਬਾਰੇ ਦੇਖਦੇ ਹੈਗੇ ਹਾਂ। ਅਤੇ ਇਹਦਾ ਜੇ ਅਸੀਂ ਡੈਮੋ ਦੇਖਣੀ ਹੋਵੇ ਮੈਂ
Let me see if I can give a demo. एक मिनट, मैं देख रहा स्क्रीन नजर नहीं आ रही लग रही। So anyhow, I think oda thoda complicated hai. Yeah, I'm having trouble switching between the screens. The we can continue jada hale tak assi recap kalo kita hega ke gurbani vich rat fir chhaya tan taake teed lave majh bare tukhari raag vich jada ਇਸ ਇਹ 12 ਮਾਹ ਵਿੱਚ ਗੁਰੂ ਨਾਨਕ ਸਾਹਿਬ ਵੀ ਇਸ ਦਾ ਜ਼ਿਕਰ ਕਰਦੇ ਹੈਗੇ ਨੇ ਰੱਥ ਫਿਰੇ ਜਿਹੜੀ ਹੈਗੀ ਹੈ ਟਰਮ ਇਟਸ ਅਨ ਓਲਡ ਟਰਮ ਜਿਹੜੀ ਕਿ ਗ੍ਰੀਕ ਫਿਲਾਸਫੀ ਵਿੱਚ ਵੀ ਜਿਹਨੂੰ ਹੀਲੀਓਸ ਕਹਿੰਦੇ ਹੈਗੇ ਨੇ ਦ ਗਾਡ ਦੈਟ ਡਰੈਗ ਸਨ ਬਿਹਾਈਂਡ ਦ ਚੈਰੀਅਟ ਸੋ ਜਦੋਂ ਜਦੋਂ ਉਹਦਾ ਰੱਥ ਫਿਰਦਾ ਹੈਗਾ ਬੇਸਿਕਲੀ ਫਰੋਮ ਦ ਲੋਂਗੈਸਟ ਸ਼ੈਡੋ ਇਨ ਦ ਮਿਡਲ ਆਫ ਦ winter summer which actually jadon shortest shadow to baad lambiyan honiyan shuru ho jandiyan rat phire to us ton hafte baad hi jade hai barsati mausam shuru ho janda july vich te that is us da drishtikaran us da drishtant jada hai ga 12 maah vich sare ruti slokan vich vi te 12 maah vich vi aunda hai ga te ਉਸ ਜਿਹੜੀ ਪ੍ਰਕਿਰਿਆ ਜਿਹੜੀ ਉਸ ਨੂੰ ਮੌਸਮੀ ਸਾਲ ਨਾਲ ਜੁੜੀ ਹੈਗੀ ਹੈ ਦੈਟ ਇਜ਼ ਆਲਸੋ ਮੈਂਸ਼ਨਡ ਇਨ ਗੁਰਬਾਣੀ ਤੇ ਉਸ ਨੂੰ ਹੋਰ ਜੇ ਸਮਝਣਾ ਹੋਵੇ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਅਰਥ ਦੀ ਪ੍ਰੋਸੈਸ਼ਨ ਹੈਗੀ ਹੈ ਜੇ ਤਾਂ ਆਈ ਡੋਂਟ ਨੋ ਇਫ ਥਿੰਕ ਇਟਸ ਨਾਟ ਐਡਵਾਂਸਿੰਗ ਲੈਟ ਮੀ ਆਈ ਥਿੰਕ ਆਮ ਔਨ ਦ ਰੋਂਗ ਸਲਾਈਡ ਠੀਕ ਹੈ ਜੀ ਮੈਂ ਇਸ ਸਲਾਈਡ 'ਤੇ ਜਾਣਾ ਚਾਹੁੰਦਾ ਸੀ ਸੋਰੀ ਜਿਵੇਂ ਅਸੀਂ ਗੱਲ ਕੀਤੀ ਕਿ ਜਿਹੜੀ ਅਰਥ ਦੀ ਪ੍ਰੋਸੈਸ਼ਨ ਹੈਗੀ ਹੈ ਇਫ ਯੂ ਡਰਾ ਐਕਸਿਸ ਆਫ ਰੋਟੇਸ਼ਨ ਅੱਜ ਪ੍ਰੈਜੈਂਟ ਟਾਈਮ ਦੀਸ ਜਿਹੜਾ ਹੈਗਾ ਆ ਅਰਥ ਦਾ ਨੌਰਥ ਪੋਲ ਉਹ ਪੋਲਾਰਿਸ ਨੌਰਥ ਸਟਾਰ ਜਿਹਨੂੰ ਧਰੂ ਤਾਰਾ ਕਹਿੰਦੇ ਆ ਉਹਦੇ ਵੱਲ ਪੁਆਇੰਟ ਕਰਦਾ ਹੈਗਾ ਪਰ ਜਿਹੜਾ ਹੈਗਾ ਅੱਜ ਤੋਂ 13,000 ਸਾਲ ਬਾਅਦ ਜਿਹੜਾ ਹੈਗਾ ਇਟ ਇਜ਼ ਗੋਨਾ ਮੂਵ ਇਫ ਯੂ ਸੀ ਦਾ ਪਿਕਚਰ ਟੂਵਰਡਸ ਲੈਫਟ ਬਾਟਮ ਆਫ ਦਾ ਸਕਰੀਨ ਜਿਹੜੀ ਹੈਗੀ ਉਹ ਵੇਗਾ ਵੱਲ ਪੁਆਇੰਟ ਕਰਨਾ ਸ਼ੁਰੂ ਕਰ ਦੇਗਾ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਸਾਈਡ 'ਤੇ ਦੋ ਪਿਕਚਰਸ ਦਿੱਤੀਆਂ ਹੈਗੀਆਂ ਨੇ ਸਨ ਦੇ ਆਲੇ ਦੁਆਲੇ ਅਰਥ ਦੇ ਔਰਬਿਟ ਦੀ ਕਿ ਜੇ ਅਰਥ ਦੀ ਟਿਲਟ ਜੇ ਕਹਿ ਲਓ ਬਿਕਰਮੀ ਹਾੜ ਵਿੱਚ ਹੈਗੀ ਹੈ ਤੇ ਮੂਲ ਨਾਨਕ ਸ਼ਾਹੀ ਦੀ ਹਾੜ ਵਿੱਚ ਹੈਗੀ ਹੈ ਤੇ ਰੁੱਤ ਗਰਮੀ ਦੀ ਹੈਗੀ ਹੈ ਦਾ ਲੈਫਟ ਪਿਕਚਰ ਆਫ ਦਾ ਸਨ ਤੇ ਅੱਜ ਤੋਂ 13,000 ਸਾਲ ਬਾਅਦ ਟਿਲਟ ਇਕਦਮ ਪੁੱਠੀ ਹੋਣ ਕਰਕੇ ਇਟ ਵਿਲ ਬੀ ਮਿਡਲ ਆਫ ਵਿੰਟਰ
ਬਿਕਰਮੀ ਦੀ ਹਾੜ ਹੀ ਰਹੇਗੀ, ਮੂਲ ਨਾਨਕ ਸ਼ਾਹੀ ਦੀ ਪੋਹ ਹੋਏਗੀ, ਕਿਉਂਕਿ ਉਹ ਮੌਸਮੀ ਕੈਲੰਡਰ ਜਿਹੜਾ ਹੈ ਅਤੇ ਰੁੱਤ ਸਰਦੀ ਦੀ ਹੋਏਗੀ ਔਨ ਦਾ ਨੋਰਦਰਨ ਹੈਮਿਸਫੇਅਰ। ਅਤੇ ਇਸ ਚੀਜ਼ ਨੂੰ ਜਿਹੜਾ ਹੈਗਾ ਆ, ਇਸ ਪ੍ਰੋਬਲਮ ਨੂੰ ਜਿਹੜਾ ਰਿਜ਼ੋਲਵ ਕੀਤਾ ਉਹ ਸਰਦਾਰ ਪਾਲ ਸਿੰਘ ਪੁਰੇਵਾਲਾਰਾ ਨੇ ਕੈਲੰਡਰ ਇੰਟਰੋਡਿਊਸ ਕਰਕੇ ਸਾਨੂੰ ਇਸ ਚੀਜ਼ ਦੀ ਜਿਹੜੀ ਹੈਗੀ ਆ ਗੁਰਬਾਣੀ ਦੇ ਨਾਲ ਇਸ ਕੈਲੰਡਰ ਦਾ ਆਧਾਰ ਬਣਾ ਕੇ ਸਿੱਖ ਕੌਮ ਨੂੰ ਪੇਸ਼ ਕੀਤਾ, ਔਰ ਸਾਡਾ ਇਸ ਨੂੰ ਸਮਝਣ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਦੀ ਜਿਹੜੀ ਬਰਾਡ ਜਿਹੜਾ ਪਰਸਪੈਕਟਿਵ ਹੈਗਾ ਉੱਥੋਂ ਇਹਦੀ ਬਣਤਰ ਹੈਗੀ ਹੈ। ਸੋ ਇਸੇ ਚੀਜ਼ ਨੂੰ ਜੇ ਦਿਖਾਉਣਾ ਹੋਵੇ ਬਈ ਟ੍ਰੋਪੀਕਲ ਈਅਰ ਜਿਹੜੀ ਹੈਗੀ ਆ, ਜਸਟ ਬਾਏ ਬਾਏ ਦਾ ਈਅਰ ਲੈਂਥ ਯੂ ਕੈਨ ਟੈਲ ਕਿ ਜਿਹੜਾ ਟ੍ਰੋਪੀਕਲ ਸਾਲ ਹੈਗਾ ਆ, ਮੌਸਮੀ ਸਾਲ ਜਿਹਨੂੰ ਕਹਿੰਦੇ ਆ, ਉਹ 365 ਐਂਡ ਲੈਸ ਦੈਨ ਅ ਕੁਆਰਟਰ 0.24। ਯੂ ਕੈਨ ਇਗਨੋਰ 365 ਇਨ ਆਲ ਦੀਜ਼ ਨੰਬਰਸ। ਇੰਟਰਸਟਿੰਗ ਪਾਰਟ ਜਿਹੜੇ ਹੈਗੇ ਨੇ ਉਹ ਫਰੈਕਸ਼ਨਲ ਪਾਰਟ ਹੈਗੇ ਨੇ। ਜੇ ਤੁਸੀਂ ਵਿਚਕਾਰ ਦੇਖੋ ਜੂਲੀਅਨ ਕੈਲੰਡਰ ਜਿਹੜਾ ਹੈਗਾ ਉਹਦਾ 365 ਐਂਡ ਕੁਆਰਟਰ। ਸੋ ਅਸੀਂ ਜਦੋਂ ਆਪਣੇ ਕੈਲੰਡਰ ਨਾਲ ਵੀ ਵਾਕਫ ਹੈਗੇ ਹਾਂ, ਅੱਜ ਕੱਲ੍ਹ ਅੰਗਰੇਜ਼ੀ ਕੈਲੰਡਰ ਨਾਲ ਵੀ ਨੋ ਕਿ ਹਰ ਚੌਥੇ ਸਾਲ ਲੀਪ ਈਅਰ ਆਉਂਦਾ ਹੈਗਾ। ਐਂਡ ਐਜ਼ ਯੂ ਨੋ ਜਦੋਂ ਇੱਕ 366 ਹੋਵੇ ਅਤੇ 3 365 ਹੋਣ, ਉਹਦੀ ਐਵਰੇਜ 365.25 ਹੋਏਗੀ। ਐਂਡ ਦੈਟ ਇਜ਼ ਦਾ ਜੂਲੀਅਨ ਕੈਲੰਡਰ। ਸੋ ਇਹ ਜਿਹੜਾ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜੂਲੀਅਨ ਕੈਲੰਡਰ ਦੀ ਆਈ ਥਿੰਕ ਆਈ ਹੈਵ ਅ ਬੈਟਰ ਪਿਕਚਰ, ਆਈ ਵਾਂਟ ਟੂ ਸ਼ੋਅ ਦੈਟ। ਯਾ ਸੋ ਵੀ ਕੈਨ ਗੋ ਬੈਕ ਐਂਡ ਫੋਰਥ ਬਿਟਵੀਨ ਦੀਜ਼ ਪਿਕਚਰਸ। ਸੋ ਇਸ ਪਿਕਚਰ ਵਿੱਚ ਜਿਹੜਾ ਹੈਗਾ ਨਾ, ਸਾਰੇ ਕੈਲੰਡਰਾਂ ਦੀ ਕੰਪਲੈਕਸਿਟੀ ਨੂੰ ਜੇ ਇੱਕ ਪਿਕਚਰ ਨਾਲ ਦਿਖਾਉਣਾ ਹੋਵੇ, ਉਹ ਇਹ ਹੈਗਾ ਆ ਕਿ ਇਮੈਜਿਨ ਔਨ ਐਕਸ ਐਕਸਿਸ ਇਜ਼ ਅਰਥਸ ਨੈਚੁਰਲ ਪੀਰੀਅਡ, ਟ੍ਰੋਪੀਕਲ ਪੀਰੀਅਡ ਵਿੱਚ ਇਜ਼ ਐਟ ਦ ਟਾਪ। ਨੈਚੁਰਲ ਪੀਰੀਅਡ ਜਿਹੜਾ ਅਰਥ ਦਾ ਹੈਗਾ ਆ, ਉਹ 365.2422 ਡੇਜ਼ ਪਰ ਈਅਰ ਹੈਗਾ ਆ। ਸੋ ਉਸ ਨੂੰ ਰਿਪ੍ਰਜੈਂਟ ਕੀਤਾ ਹੈਗਾ ਐਕਸ ਐਕਸਿਸ, ਅਤੇ ਉਹਦੇ ਉੱਤੇ ਸਾਲ ਜਿਹੜੇ ਹੈਗੇ ਨੇ, ਹਰ ਇੱਕ ਡਿਵੀਜ਼ਨ ਜਿਹੜੀ ਹੈਗੀ ਆ 200 ਸਾਲ ਦੀ ਹੈਗੀ ਆ ਡਿਵੀਜ਼ਨ। ਸੋ ਅਸੀਂ ਜਿਹੜਾ ਜ਼ੀਰੋ ਐਕਸਿਸ ਹੈਗਾ ਆ ਉਹ ਏਡੀ ਆ, ਅਤੇ ਨੈਗੇਟਿਵ ਇਜ਼ ਬੀਸੀ। ਅਤੇ ਵੀ ਕੈਨ ਸੀ ਜਿਹੜਾ ਰੈੱਡ ਲਾਈਨ ਸਭ ਨਾਲ ਥੱਲੇ ਹੈਗੀ ਹੈ ਬਿਕਰਮੀ ਕੈਲੰਡਰ ਦੀ, ਉਹ ਉਹ ਉਹਦੀ ਡਰਿਫਟ ਨੈਚੁਰਲ ਐਕਸਿਸ ਤੋਂ ਕਿੰਨੇ ਦਿਨ ਕਿੰਨੇ ਸਾਲਾਂ 'ਚ ਪੈਂਦੀ ਗਈ ਹੈਗੀ ਹੈ। ਸੋ ਜੇ ਅਸੀਂ ਆਲਮੋਸਟ ਕਹਿ ਲਓ ਸ਼ੁਰੂ ਤੋਂ, ਜਦੋਂ ਤੋਂ ਸ਼ੁਰੂ ਕੈਲੰਡਰ ਹੋਇਆ ਉਦੋਂ ਤੱਕ ਆਲਮੋਸਟ ਇੱਕ ਮਹੀਨਾ ਡਰਿਫਟ ਹੋ ਚੁੱਕਾ ਹੋਇਆ। ਜੇ ਅਸੀਂ ਜੇ ਹੁਣ ਬਿਕਰਮੀ ਸੰਮਤ ਮੰਨਦੇ ਹੈਗੇ ਹਾਂ 2078 ਜਾਂ ਜਿੰਨੀ ਵੀ ਹੈਗੀ ਹੈ, ਸੋ ਬੇਸਿਕਲੀ ਅੱਜ ਤੋਂ 2000 ਸਾਲ ਪਹਿਲਾਂ ਜਿਹੜਾ ਉਸ ਤੋਂ ਜਿਹੜੀਆਂ ਤਰੀਕਾਂ ਸਨ ਉਸ ਤੋਂ ਇੱਕ ਮਹੀਨਾ ਡਰਿਫਟ ਕਰ ਚੁੱਕਾ ਹੋਇਆ। ਸੋ ਇਸ ਡਰਿਫਟ ਨੂੰ ਐਕੂਰੇਟ ਦੁਬਾਰਾ ਕਰਨ ਲਈ ਯੂ ਕੈਨ ਸੀ ਐਟ 1964 ਹੇਅਰ, ਜਦੋਂ ਕਿ ਹਿੰਦੂ ਪੰਡਿਤਾਂ ਨੇ ਡਿਸਾਈਡ ਕੀਤਾ ਕਿ ਅਸੀਂ ਬਿਕਰਮੀ ਛੱਡ ਕੇ ਦ੍ਰਿਕ ਗਣਿਤ ਵੱਲ ਆਵਾਂਗੇ, ਅਤੇ ਉਹਨਾਂ ਦੀ ਐਡਜਸਟਮੈਂਟ ਇਜ਼ ਦੇਅਰ ਬਟ ਇਟਸ ਮਾਈਨਰ, ਅਤੇ ਰੈਲੇਟਿਵ ਟੂ ਸਪੀਕਿੰਗ ਰੈਲੇਟਿਵ ਟੂ ਦਾ ਟ੍ਰੋਪੀਕਲ ਕੈਲੰਡਰ। ਹੁਣ ਅਸੀਂ ਜੇ ਦੇਖਾਂਗੇ ਕਿ 1469 ਦੀ ਵਰਟੀਕਲ ਲਾਈਨ ਦਿਖਾਈ ਹੋਈ ਹੈ, ਇਸ ਨੂੰ ਰਿਪ੍ਰਜੈਂਟ ਕੀਤਾ ਹੋਇਆ ਕਿ ਸਿੱਖ ਗੁਰੂ ਸਾਹਿਬਾਨ ਦਾ ਪੀਰੀਅਡ 1469 ਤੋਂ ਲੈ ਕੇ 1708, ਅਤੇ ਉਹਦੇ ਵਿਚਕਾਰ ਜਿਹੜਾ ਹੈਗਾ ਪੋਪ ਗ੍ਰੈਗਰੀ ਨੇ ਆਪਣਾ ਕੈਲੰਡਰ ਚੇਂਜ ਕੀਤਾ ਗੁਰੂ ਸਾਹਿਬਾਨ ਤੋਂ ਕੁਛ ਸਮਾਂ ਬਾਅਦ 1752 ਵਿੱਚ, ਜਿਹੜਾ ਹੈਗਾ ਆ ਉਹ ਅੰਗਰੇਜ਼ਾਂ ਨੇ ਇੰਗਲੈਂਡ ਨੇ ਚੇਂਜ ਕਰਤਾ, ਦ ਇੰਡੀਅਨ ਕੈਲੰਡਰ ਗਾਟ ਚੇਂਜ। ਅਤੇ ਉਸ ਜਿਹੜਾ ਸੀਗਾ, ਤੁਸੀਂ ਇਹ ਵੀ ਦੇਖ ਸਕਦੇ ਹੈਗੇ ਹੋ ਕਿ ਜਿਹੜਾ ਜੂਲੀਅਨ ਕ੍ਰਿਸਚਨ ਵਰਲਡ ਨੂੰ ਜਿਹੜੀ ਆ ਗ੍ਰੇ ਲਾਈਨ ਹੈ ਨਜ਼ਰ ਆ ਰਹੀ ਹੈਗੀ ਹੈ, ਦੈਟ ਵਾਜ਼ ਦਾ ਐਰਰ ਇਨ ਦ ਜੂਲੀਅਨ ਕੈਲੰਡਰ ਬਿਫੋਰ ਪੋਪ ਗ੍ਰੈਗਰੀ ਕਰੈਕਟਡ ਇਟ, ਐਂਡ ਦੈਟ ਐਰਰ ਵਾਜ਼ ਸਟਿਲ ਹਾਫ ਦੈਨ ਦ ਐਰਰ ਇਨ ਬਿਕਰਮੀ ਕੈਲੰਡਰ। ਸੋ ਸਾਡਾ ਬਿਕਰਮੀ ਕੈਲੰਡਰ ਹੈਗਾ ਉਹਦੀ ਸਭ ਨਾਲੋਂ ਜ਼ਿਆਦਾ ਡਰਿਫਟ ਹੈਗੀ ਹੈ ਫਰੋਮ
seasons over time. ਤੇ ਜਦੋਂ ਕਰੈਕਸ਼ਨ ਹੋਈ ਜਦੋਂ ਪੋਪ ਗ੍ਰੈਗਰੀ ਨੇ ਕਰੈਕਟ ਕੀਤਾ ਹੈਗਾ ਉਸ ਨੂੰ ਦੈਨ ਦ ਬਲੂ ਲਾਈਨ ਰਾਈਟ ਨੈਕਸਟ ਟੂ ਦ ਐਕਸ ਐਕਸਿਸ ਇਹ ਇਸ ਨਾਲ ਜਿਹੜੀ ਆ ਉਹਦੀ ਡਰਿਫਟ ਬਹੁਤ ਘੱਟ ਗਈ ਹੈਗੀ ਆ ਅਤੇ ਇੱਕ ਦਿਨ ਦਾ ਫਰਕ ਪੈਂਦਾ ਹੈਗਾ 3000 ਸਾਲਾਂ ਬਾਅਦ ਸੋ ਮੂਨ ਨਾਨਕ ਸ਼ਾਹੀ ਕੈਲੰਡਰ ਜਿਹੜਾ 1999 ਵਿੱਚ ਹੋਇਆ ਇਟ ਇਜ਼ ਅ ਲਾਈਨ ਪੈਰਲਲ ਟੂ ਦ ਗ੍ਰੈਗੋਰੀਅਨ ਲਾਈਨ ਸੋ ਉਹਦੀ ਡਰਿਫਟ ਜਿਹੜੀ ਹੈ ਇਟਸ ਐਗਜੈਕਟਲੀ ਵਟ ਦ ਕਾਮਨ ਏਰਾ ਕੈਲੰਡਰ ਟੂਡੇ ਹੈਜ਼ ਸੋ ਇਸ ਚੀਜ਼ ਨੂੰ ਸਮਝਣਾ ਕਿ ਸੋ ਅਸੀਂ ਆਪਣੇ ਆਪ ਨੂੰ ਇਹ ਵੱਡੇ ਸਕੇਲ ਨੂੰ ਜਿਹਦੇ ਵਿੱਚ ਕਿ ਹਜ਼ਾਰਾਂ ਸਾਲ ਦੀ ਰਿਪ੍ਰਜੈਂਟੇਸ਼ਨ ਹੈਗੀ ਹੈ ਇਹਦੇ ਵਿੱਚ ਅਸੀਂ ਹਿਊਮਨ ਲਾਈਫ ਫੋਰਮ ਇਜ ਸੱਚ ਅ ਸਮਾਲ ਸਪੈਕ ਅਤੇ ਵੀ ਆਰ ਲਿਵਿੰਗ ਰਾਈਟ ਐਟ ਦਿਸ ਕੋਰਨਰ ਆਫ 3 ਕੈਲੰਡਰਸ ਐਂਡ ਇਟਸ ਆਬਵੀਅਸ ਕਿ ਕਨਫਿਊਜ਼ਨ ਹੋਏਗੀ ਜੇ ਅਸੀਂ ਨਾ ਇਸ ਦੇ ਬਾਰੇ ਜਾਣਦੇ ਹੋਈਏ ਅਤੇ ਸੋ ਇਹਦੇ ਬਾਰੇ ਜਿਹੜੀਆਂ ਡੀਟੇਲਸ ਆਪਾਂ ਜਿਹੜੀਆਂ ਲਾਈਨਸ ਨੂੰ ਥੋੜ੍ਹਾ ਕਲਟਰ ਘਟਾ ਕੇ ਦੇਖੀਏ ਅਤੇ ਵੀ ਕੈਨ ਸੀ ਦੈਟ ਹਾਓ ਵੇਰੀਅਸ ਕੈਲੰਡਰਸ ਕੰਪੇਅਰ ਇਹਦੇ ਵਿੱਚ ਜਿਹੜਾ ਹੈਗਾ ਹਿਜਰੀ ਕੈਲੰਡਰ ਵੀ ਰਿਪ੍ਰਜੈਂਟਡ ਹੈਗਾ ਪਰ ਉਹਨੂੰ ਬਿਲਕੁਲ ਨਹੀਂ ਕੰਪੇਅਰ ਕੀਤਾ ਜਾ ਸਕਦਾ ਇਫ ਯੂ ਸੀ ਐਟ ਅਬਾਊਟ ਈਅਰ 660 ਇਜ਼ ਅ ਵਰਟੀਕਲ ਲਾਈਨ ਉਹਦਾ ਇੱਕ ਸਾਲ ਵਿੱਚ ਹੀ 10 ਦਿਨ ਦਾ ਫਰਕ ਪੈ ਜਾਂਦਾ ਹੈਗਾ ਸੋ ਇਟ ਇਜ਼ ਨਾਟ ਈਵਨ ਰਿਪ੍ਰਜੈਂਟੇਬਲ ਔਨ ਦਿਸ ਸਕੇਲ ਉਹਦਾ ਮੌਸਮ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ ਇਟਸ ਆਲਮੋਸਟ 90 degrees ਆਪੋਜ਼ਿਟ ਅਤੇ ਸੋ ਦੈਟ ਦੇਰ ਅ ਸਮਾਲ ਰਿਪ੍ਰਜੈਂਟੇਸ਼ਨ ਵਰਟੀਕਲ ਐਰੋ ਇਫ ਯੂ ਸੀ ਹੇਅਰ ਹਿਜਰੀ ਕੈਲੰਡਰ ਦੀ ਸ਼ੁਰੂਆਤ ਜਿਹੜੀ ਹੈਗੀ ਆ ਅਤੇ ਸਾਰੇ ਕੈਲੰਡਰਾਂ ਦੀ ਜਿਹੜੀ ਰਿਪ੍ਰਜੈਂਟੇਸ਼ਨ ਹੈ ਇਸ ਪਿਕਚਰ ਹੈਗੀ ਆ ਕਿ ਕਿੰਨਾ ਐਰਰ ਜੇ ਤੁਸੀਂ ਦੇਖਣਾ ਹੋਵੇ ਐਕਚੁਅਲੀ ਦਿਸ ਇਜ਼ ਐਨ ਇੰਟਰਸਟਿੰਗ ਪੁਆਇੰਟ ਜਿਵੇਂ ਕਿ ਇਹਦੇ ਵਿੱਚ ਕਿਹਾ ਕਿ ਬਿਕਰਮੀ ਕੈਲੰਡਰ ਦੀ ਡਰਿਫਟ ਜਿਹੜੀ ਹੈਗੀ ਹੈ ਉਹ ਕਿੰਨੀ ਜ਼ਿਆਦਾ ਹੈਗੀ ਹੈ ਇਸ ਨੂੰ ਤੁਸੀਂ ਅੱਜ ਵੀ ਆਪਣੇ ਪੰਜਾਬ ਦੇ ਬੜੇ ਇੱਕ ਕਹਿ ਲਓ ਕਾਮਨ ਤਿਉਹਾਰ ਜਿਹੜਾ ਉਹਦੇ ਵਿੱਚ ਵੀ ਦੇਖ ਸਕਦੇ ਹੈਗੇ ਹੋ ਉਹ ਹੈਗਾ ਲੋਹੜੀ ਜਿਹੜਾ ਲੋਹੜੀ ਦਾ ਤਿਉਹਾਰ ਆ ਉਹ ਐਕਚੁਅਲੀ ਤੁਸੀਂ ਦੇਖੋਗੇ ਕਿ ਜਦੋਂ ਇੰਡੀਆ 'ਚ ਬਿਕਰਮੀ ਕੈਲੰਡਰ ਆਇਆ ਹੈਗਾ ਇਟ ਇਜ਼ ਐਕਚੁਅਲੀ ਅ ਰਿਪ੍ਰਜੈਂਟੇਟਿਵ ਆਫ ਵਿੰਟਰ ਸੋਲਸਟਿਸ ਸੋ ਜਦੋਂ ਜਿਹੜਾ ਹੈਗਾ ਕਹਿ ਲਓ ਸਭ ਨਾਲ ਛੋਟਾ ਦਿਨ ਹੁੰਦਾ ਗਰਮੀਆਂ ਦਿਨ ਵੱਡੇ ਹੋਣੇ ਸ਼ੁਰੂ ਹੁੰਦੇ ਨੇ ਉਹ ਦਸੰਬਰ ਦੇ ਵਿੱਚ ਆਉਂਦਾ ਸੀਗਾ ਅਤੇ ਹੁਣ ਪਹੁੰਚ ਗਿਆ ਹੈਗਾ 13 January ਨੂੰ ਯੂ ਕੈਨ ਆਲਮੋਸਟ ਐਕਚੁਅਲੀ ਕੈਲਕੂਲੇਟ ਬੈਕਵਰਡ ਕਿ ਜੇ ਜਿਹੜਾ ਅਸੀਂ ਹੁਣ ਅੱਜ ਕੱਲ੍ਹ ਦੇ ਇਸ ਬਿਕਰਮੀ ਕੈਲੰਡਰ ਦੇ ਉੱਤੇ ਤੁਸੀਂ ਲਾਈਨ ਬੈਕਵਰਡ ਡਰਾ ਕਰੋਗੇ ਤਾਂ ਯੂ ਕੈਨ ਸੀ ਕਿ ਕਿੰਨਾ ਕਿੰਨਾ ਉਹਦੇ ਵਿੱਚ ਅਬਾਊਟ 25 ਦਿਨ ਦਾ ਫਰਕ ਆ ਗਿਆ ਹੋਇਆ ਫਰੋਮ ਦ ਡੇਟ ਵੈਨ ਦਿਸ ਟ੍ਰੈਡੀਸ਼ਨ ਮੇ ਹੈਵ ਹੈਡ ਸਟਾਰਟਡ ਇਨ ਦਿਸ ਕੈਲੰਡਰ ਸੋ ਦੈਟਸ ਐਨ ਇੰਟਰਸਟਿੰਗ ਪੁਆਇੰਟ ਬਿਕੋਜ਼ ਇਹ ਡੇਟ ਜਿਹੜੀ ਹੈਗੀ ਆ ਪ੍ਰੀ ਡੇਟਸ ਸਿੱਖ ਜਿਹੜਾ ਹੈਗਾ ਹਿਸਟਰੀ ਪ੍ਰੀ ਡੇਟਸ ਗੁਰੂ ਸਾਹਿਬਾਨ ਪੀਰੀਅਡ ਸੋ ਸਮਥਿੰਗ ਟੂ ਬੀ ਅਵੇਅਰ ਆਫ ਇਹਦੇ ਬਾਰੇ ਆਈ ਵਿਸ਼ ਆਈ ਕੁਡ ਪਲੇ ਆਡੀਓ ਇਹ ਜਿਨ੍ਹਾਂ ਨੇ ਸੁਣਨਾ ਹੋਵੇ ਕਿ ਇਹ ਬਿਕਰਮੀ ਕੈਲੰਡਰ ਵਿੱਚ ਜਿਹੜਾ ਸ਼ਿਫਟ ਹੋਈ ਆ ਸੂਰਜ ਸਿਧਾਂਤ ਤੋਂ ਟੂ ਤ੍ਰਿਕਣਿਤ ਇਨ 1964 ਇਹ ਪਾਲ ਸਿੰਘ ਪੁਰੇਵਾਲ ਹਰਾਂ ਨੇ ਉਹਨਾਂ ਦੇ ਜਿਹੜਾ ਹੈਗਾ ਆ ਮਾਰਤੰਡ ਆਲਮ ਜੰਤਰੀ ਜਿਹੜੀ ਹੈਗੀ ਆ 1964 ਦੀ ਛਪੀ ਉਹਦੇ ਵਿੱਚ YouTube ਤੇ ਪਈ ਹੋਈ ਆ ਇਸ ਦਾ ਲਿੰਕ ਅਬਾਊਟ ਇਟਸ ਅ ਸ਼ੋਰਟ ਵੀਡੀਓ ਆਫ ਅਬਾਊਟ ਮੇ ਬੀ 8-10 minutes ਅਤੇ ਇਹਦੇ ਵਿੱਚ ਉਹਦਾ ਪੂਰਾ ਇਸਦਾ ਜ਼ਿਕਰ ਕੀਤਾ ਹੋਇਆ ਅਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਅੱਜ ਕੱਲ੍ਹ ਦਾ ਬਿਕਰਮੀ ਕੈਲੰਡਰ ਹੈ ਗੁਰੂ ਸਾਹਿਬਾਨ ਦੇ ਪੀਰੀਅਡ ਦਾ ਹੀ ਹੈਗਾ ਇਟ ਇਜ਼ ਅ ਡਿਫਰੈਂਟ ਕੈਲੰਡਰ ਸੋ ਇਸੇ ਤਰ੍ਹਾਂ ਅਸੀਂ ਇਹ ਵੀ ਜ਼ਿਕਰ ਕਰ ਚੁੱਕੇ ਹੈਗੇ ਹਾਂ ਕਿ 29 ਜਿਹੜੀ ਸੀਗੀ ਵਿਸਾਖੀ ਜਦੋਂ 1699 ਵਿੱਚ ਉਹ 29 March ਦੀ ਹੈਗੀ ਆ ਜਿਹਦੀ ਕਿ ਗ੍ਰੈਗੋਰੀਅਨ ਜੇ ਡੇਟ ਕਹਿ ਲਓ ਜੇ ਫਰਾਂਸ ਵਿੱਚ ਉਸ ਕੈਲੰਡਰ ਨੂੰ ਵੇਖਿਆ ਜਾਂਦਾ ਅਤੇ ਅਪ੍ਰੈਲ ਦੀ 8 ਤਰੀਕ ਹੋਣੀ ਸੀਗੀ ਇਹ ਰਿਪ੍ਰਜੈਂਟੇਸ਼ਨ ਹੈਗੀ ਆ
ਆਫ ਦਾ ਸੇਮ ਥਿੰਗ ਕਿ ਜਿਵੇਂ ਜਿਵੇਂ ਸਾਡੇ ਅੱਜ ਕੱਲ੍ਹ ਦੇ ਵਰਤੇ ਜਾਣ ਵਾਲੇ ਅੰਗਰੇਜ਼ੀ ਕੈਲੰਡਰ ਵਿੱਚ ਬਿਕਰਮੀ ਜਿਹੜੀ ਸੰਗਰਾਂਦ ਹੈ ਵਿਸਾਖੀ ਦੀ, ਉਹ ਕਿਵੇਂ ਡਰਿਫਟ ਕਰਦੀ ਹੈਗੀ ਆ। ਸੋ ਜਿਵੇਂ ਅਸੀਂ ਦੇਖ ਚੁੱਕੇ ਹੈਗੇ ਹਾਂ ਕਿ ਜੇ ਗ੍ਰਿਗੋਰੀਅਨ ਕੈਲੰਡਰ ਨੂੰ, ਕਾਮਨ ਐਰਾ ਕੈਲੰਡਰ ਨੂੰ ਆਧਾਰ ਮਨਾਇਆ ਜਾਵੇ, ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਜਿਹੜਾ ਹੈਗਾ ਵਿਸਾਖੀ, ਜਿਹੜੇ ਬਿਕਰਮੀ ਕੈਲੰਡਰ ਨੂੰ ਅਬਜ਼ਰਵ ਕਰਦੇ ਨੇ, ਉਹ ਕਦੀ 13 ਦੀ ਆਉਂਦੀ ਹੈ, 13 ਅਪ੍ਰੈਲ ਦੀ, ਕਦੀ 14 ਅਪ੍ਰੈਲ ਦੀ, ਐਂਡ ਦੈਟਸ ਦਾ ਰੈਪ੍ਰੈਜੈਂਟੇਸ਼ਨ। ਸੋ ਦਾ ਈਅਰ ਇਹਦੇ ਵਿੱਚ ਪੀਰੀਅਡ ਜਿਹੜਾ, ਜਿਹਨਾਂ ਨੂੰ ਸਕਰੀਨ 'ਤੇ ਸ਼ਾਇਦ ਬਹੁਤ ਛੋਟਾ ਹੋਵੇ, ਔਨ ਐਕਸ ਐਕਸਿਸ ਦਾ ਲੋਵੈਸਟ ਈਅਰ ਸਟਾਰਟਸ ਫਰੋਮ 1699, 1699, ਐਂਡ ਇਟ ਗੋਜ਼ ਅਪ ਟੂ 2029, ਸੋ ਸਟਿਲ ਗੋਜ਼ ਲਾਈਕ 8 more years ਇਨ ਟੂ ਦਾ ਫਿਊਚਰ। ਤਾਂ ਉਹਦੇ ਵਿੱਚ ਅਸੀਂ ਜਾਣਦੇ ਹੈਗੇ ਹਾਂ, ਇਫ ਯੂ ਲੁੱਕ ਐਟ ਦਾ ਰਾਈਟ ਮੋਸਟ ਸਾਈਡ, ਉਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਵਿਕਰਮੀ ਕੈਲੰਡਰ ਵਿੱਚ 2 ਸਾਲ ਆਉਂਦੀ ਹੈਗੀ ਆ ਵਿਸਾਖੀ 13 ਦੀ, ਅਤੇ 2 ਸਾਲ ਆਉਂਦੀ ਹੈਗੀ ਆ 14 ਦੀ। ਇਹ ਬਿਕਰਮੀ ਕੈਲੰਡਰ ਦੇ ਮੂਲ ਨਾਨਕ ਸ਼ਾਹੀ ਵਿੱਚ ਸਦਾ ਹੀ 14 ਦੀ ਹੈਗੀ ਹੈ, ਔਰ ਇਟਸ ਗੋਇੰ ਟੂ ਸਟੇ 14 ਫੋਰ ਐਵਰ। ਬਟ ਇਫ ਯੂ ਗੋ ਬੈਕ ਔਨ ਦਿਸ ਕੈਲੰਡਰ, ਇਹ ਜਦੋਂ 13 ਦੀ ਤੋਂ ਪਹਿਲਾਂ 12 ਦੀ ਵੀ ਹੁੰਦੀ ਸੀ, ਐਂਡ 12 ਤੋਂ ਪਹਿਲਾਂ 11 ਦੀ ਵੀ ਹੁੰਦੀ ਸੀ, 10 ਦੀ ਵੀ ਹੁੰਦੀ ਸੀ, 9 ਦੀ ਵੀ ਹੁੰਦੀ ਸੀ। ਸੋ ਇਟਸ ਐਨ ਇੰਟਰਸਟਿੰਗ ਥਿੰਗ ਕਿ ਵਿਸਾਖੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈਗਾ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਵਿਸਾਖੀ ਵਾਲੇ ਦਿਨ 1801, ਉਦੋਂ April 11th ਦੀ ਵਿਸਾਖੀ ਹੋਏਗੀ। ਕਈ ਜਗ੍ਹਾ ਤੁਸੀਂ ਇੰਟਰਨੈਟ 'ਤੇ ਸਰਚ ਕਰੋਗੇ, April 12 ਹੋਊਗਾ, ਬਟ ਦੈਟਸ ਐਨ ਐਰਰ, ਕਿਉਂਕਿ ਹੋ ਸਕਦਾ ਉਹ ਐਰਰ ਹੋਵੇ ਕਿਉਂਕਿ ਉਦੋਂ ਡਰਿਫਟ ਕਰਦੀ ਹੋਵੇ 11 ਅਤੇ 12 ਦੀ, ਪਰ ਐਕਚੁਅਲੀ ਉਹ 11 ਅਪ੍ਰੈਲ ਦੀ ਹੈਗੀ ਹੈ। ਐਂਡ ਐਂਡ ਦੈਟਸ ਐਨ ਇੰਪੋਰਟੈਂਟ ਪੁਆਇੰਟ ਟੂ ਨੋਟ ਕਿ ਕਈ ਕਈ ਜਿਹੜੇ ਇਸ ਚੀਜ਼ ਨੂੰ ਜਾਣਨਾ ਸ਼ੁਰੂ ਕਰਦੇ ਹੈਗੇ ਨੇ, ਉਹ ਕਹਿੰਦੇ ਨੇ ਚਲੋ ਜੀ ਆਪਾਂ ਅੰਗਰੇਜ਼ੀ ਤਰੀਕਾਂ ਫਿਕਸ ਕਰ ਲੈਂਦੇ ਹਾਂ ਆਪਣੇ ਗੁਰਪੁਰਬ ਦੀਆਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਗੁਰਪੁਰਬ, ਚਲੋ ਅੱਜ ਦੇ ਕੈਲੰਡਰ ਦੇ ਹਿਸਾਬ ਨਾਲ ਜੇ 1 ਜਨਵਰੀ ਦਾ ਹੈ ਤਾਂ 1 ਜਨਵਰੀ ਨੂੰ ਮਨਾਉਣਾ ਸ਼ੁਰੂ ਕਰ ਦਈਏ, ਤਾਂ ਉਹਦੇ ਵਿੱਚ ਕੀ ਪ੍ਰੋਬਲਮ ਹੈ? ਉਹਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਇਸ ਗ੍ਰਾਫ ਵਿੱਚ ਰਿਪ੍ਰੈਜ਼ੈਂਟਡ ਆ ਕਿ ਤੁਹਾਡੀ ਇੱਕੋ ਤਰੀਕ ਵਿਸਾਖੀ, ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵਿਸਾਖੀ ਨੂੰ ਆ, ਜੇ ਖਾਲਸੇ ਦੀ ਸਾਜਨਾ ਵਿਸਾਖੀ ਨੂੰ ਹੈ, ਜੇ ਮਹਾਰਾਜਾ ਰਣਜੀਤ ਸਿੰਘ ਦੀ ਕੋਰੋਨੇਸ਼ਨ, ਉਹਦਾ ਮਹਾਰਾਜਾ ਬਣਨਾ ਵਿਸਾਖੀ ਨੂੰ ਹੈ, ਦੇ ਕੈਨ ਨਾਟ ਬੀ 3 different dates, ਦੇ ਆਰ ਆਲ 1 date, ਐਂਡ ਦੇ ਨੀਡ ਟੂ ਬੀ ਅਬਜ਼ਰਵਡ ਔਨ ਔਨ ਅ ਸਿੰਗਲ ਡੇਟ, ਜਿਹੜੀ ਕਿ ਵਿਸਾਖੀ ਅਸੀਂ ਤੈਅ ਕਰਦੇ ਹਾਂ ਕਿ ਅੱਜ ਕਦੋਂ ਮਨਾਉਣੀ ਹੈ। ਸੋ ਇੱਕਦਮ ਇਹ ਜਿਹੜਾ ਹੈਗਾ ਆ, ਇਸ ਦਾ ਵੀ ਧਿਆਨ ਰੱਖਣਾ, ਜਿਹੜਾ ਕੈਲੰਡਰ ਦੇ ਮਾਹਿਰ ਨੇ ਜਿਵੇਂ ਪਾਲ ਸਿੰਘ ਪਰਿਵਾਲ ਹੋਰਾਂ ਨੇ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ, ਜਦੋਂ ਤੁਸੀਂ ਕਈ ਅਸੀਂ ਕਹਿ ਦਿੰਦੇ ਹੈਗੇ ਹਾਂ ਕਿ ਜੀ ਇਹ ਤਰੀਕਾਂ ਫਿਕਸ ਕੀਤੀਆਂ ਗਈਆਂ ਹੈਗੀਆਂ, ਦੈਟਸ ਨਾਟ ਦਾ ਪ੍ਰਸਾਈਸ ਟਰਮੀਨੋਲੋਜੀ। ਦਾ ਟਰਮੀਨੋਲੋਜੀ ਇਜ਼ ਦੈਟ ਦਾ ਕੈਲੰਡਰ ਹੈਜ਼ ਬੀਨ ਕਨਵਰਟਡ ਇਨ ਟੂ ਟ੍ਰੋਪੀਕਲ ਕੈਲੰਡਰ, ਅ ਮੌਸਮੀ ਕੈਲੰਡਰ, ਵਿਚ ਮੀਨਸ ਈਚ ਐਂਡ ਐਵਰੀ ਡੇਟ ਆਫ ਦਾ ਈਅਰ ਇਜ਼ ਨਾਓ ਫਿਕਸਡ ਅਗੇਂਸਟ ਦਾ ਟ੍ਰੋਪੀਕਲ ਡੇਟਸ। ਉਹਦਾ ਇੰਪਲੀਕੇਸ਼ਨ ਇਹ ਹੈਗੀ ਆ ਕਿ ਜੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ 1666 ਵਿੱਚ ਵਿਸਾਖੀ ਤੋਂ ਕਿੰਨੇ ਦਿਨ ਬਾਅਦ ਸੀ, ਉਹਦਾ ਰਿਲੇਸ਼ਨਸ਼ਿਪ ਅੱਜ ਵੀ ਮੇਨਟੇਨਡ ਹੈ ਕਿ ਅੱਜ ਦੇ ਸਾਲ ਵਿੱਚ ਉਹਨੇ ਉਹ ਵਿਦ ਇਨ ਅ ਡੇ ਔਰ ਟੂ ਇਟ ਵਿਲ ਬੀ ਅ ਸੇਮ ਰਿਲੇਸ਼ਨਸ਼ਿਪ ਫੋਰ ਈਚ ਐਂਡ ਐਵਰੀ ਡੇਟ, ਬਈ ਜੇ 5 ਜਨਵਰੀ ਦੀ ਆਈ ਹੈਗੀ ਆ, ਦੈਟ ਇਜ਼ ਬਿਕੋਜ਼ ਕਿ ਅੱਜ ਵੀ ਅਸੀਂ ਜਦੋਂ 23 ਪੋਹ ਦੀ ਸੀਗੀ ਅਤੇ ਇਸ ਕੈਲੰਡਰ ਵਿੱਚ ਵੀ 23 ਪੋਹ ਹੈਗੀ ਆ, ਸੋ ਵੀ ਸ਼ੁਡ ਸੇ ਕਿ ਇਹ ਫਿਕਸ ਹੋ ਗਈ ਆ 5 ਜਨਵਰੀ ਦੀ, ਇਟ ਇਜ਼ ਬਿਕਾਜ਼ ਵੈਨ ਐਵਰ ਇਜ਼ 23 ਪੋਹ ਇਨ ਮੂਲ ਨਾਨਕ ਸ਼ਾਹੀ ਕੈਲੰਡਰ, ਇਟ ਇਜ਼ ਜਨਵਰੀ 5th ਇਨ ਦਾ ਇੰਗਲਿਸ਼ ਕੈਲੰਡਰ, ਐਂਡ ਦੇ ਡੋਂਟ ਡਰਿਫਟ ਅਮੰਗਸਟ ਈਚ ਅਦਰ, ਹੈ ਦੋਵੇਂ ਮੌਸਮੀ ਕੈਲੰਡਰ ਹੋਣ ਕਰਕੇ। ਸੋ ਇਹ ਥੋੜ੍ਹੀ ਫਾਈਨਲ ਪੁਆਇੰਟ ਹੈਗਾ, ਵੀ ਨੀਡ ਟੂ ਬੀ ਅਵੇਅਰ ਆਫ ਦੈਟ, ਐਂਡ ਦਿਸ ਗ੍ਰਾਫ ਕਾਇੰਡ ਆਫ ਟੈਲਸ ਯੂ ਕਿ ਜਿਹੜਾ ਸਾਨੂੰ ਐਕਸਪੀਰੀਅੰਸ ਹੈਗਾ ਆਪਣੇ ਲਾਈਫ ਟਾਈਮ ਵਿੱਚ, ਕਦੀ 13 ਦੀ ਆ ਗਈ, 14 ਦੀ ਆ ਗਈ, ਉਹ ਇਹ ਰਿਪ੍ਰੈਜੈਂਟੇਸ਼ਨ ਹੈਗਾ ਜੇ ਸਾਡੇ ਲਾਈਫ ਟਾਈਮ 'ਚ ਐਕਸਪੀਰੀਅੰਸ ਹੈਗਾ ਕਿ 13 14 ਦੀ ਹੈ, ਅਤੇ ਅਗਲੇ ਆਉਣ ਵਾਲੇ ਸਾਲਾਂ ਵਿੱਚ 3 ਸਾਲ 14 ਦੀ ਹੋਏਗੀ, 1 ਸਾਲ 13 ਦੀ, ਫਿਰ ਸਿਰਫ 14 ਦੀ ਹੋ ਜਾਏਗੀ, ਔਰ ਮੇ ਬੀ
ਇਨ ਗ੍ਰੈਂਡ ਕਿਡਸ ਜਨਰੇਸ਼ਨ 15 ਦੀ ਵੀ ਉਦੋਂ ਹੋ ਕੇ ਤੇ ਮਤਲਬ 16 17 ਸੋ ਦੈਟਸ ਦੈਟਸ ਹਾਊ ਇਟ ਇਟ ਬਿਹੇਵਸ ਜਿਹੜਾ ਬਿਕਰਮੀ ਕੈਲੰਡਰ ਹੈਗਾ ਸੋ ਇਹਦੇ ਵਿੱਚ ਤੁਸੀਂ ਆਪ ਹੀ ਦੇ ਸਕਦੇ ਹੈਗੇ ਹੋ ਕਿ ਜੇ ਤੁਸੀਂ ਵਿਕੀਪੀਡੀਆ ਤੇ ਸਰਚ ਕਰੋਗੇ ਕਿ ਬਈ ਵਿਸਾਖੀ ਕਦੋਂ ਦੀ ਸੀਗੀ ਉਹ ਜਾਂ 13 ਜਾਂ 14 ਦੀ ਕਹਿ ਦੇਣਗੇ ਪ੍ਰੈਜੈਂਟਲੀ ਸੈਲੀਬ੍ਰੇਟਡ ਵਿਚ ਇਜ਼ ਬਿਕਰਮੀ ਮੈਥਡੋਲੋਜੀ ਹੁਣ ਸਿੱਖੀ ਵਿੱਕੀ 'ਚ ਦੇਖੋਗੇ ਇਹ ਵੀ ਗਲਤ ਹੈਗਾ ਜਿਵੇਂ ਤੁਸੀਂ ਹੁਣ ਤੱਕ ਸਾਰਾ ਹੁਣ ਤੱਕ ਆਪਾਂ ਜ਼ਿਕਰ ਕੀਤਾ ਕੈਲੰਡਰਾਂ ਬਾਰੇ ਜਿਹੜੀ ਅੱਜ ਕੱਲ੍ਹ ਦੀ ਆਬਜ਼ਰਵੇਸ਼ਨ ਹੈਗੀ ਹੈ ਅਪ੍ਰੈਲ 14th ਇਜ਼ ਇਨ ਟੂਡੇਜ਼ ਟਾਈਮ ਫਰੇਮ ਉਦੋਂ ਜਦੋਂ ਜਦੋਂ ਜੇ ਤੁਸੀਂ ਨਾਲ 1699 ਲਿਖਣਾ ਹੈਗਾ ਦੈਨ ਈਦਰ ਇਟ ਵਿਲ ਬੀ ਜੇ ਹਿਸਟੋਰੀਅਨਸ ਦਾ ਟ੍ਰੈਡੀਸ਼ਨ ਰੱਖਣਾ ਹੈਗਾ ਬਿਕੋਜ਼ ਦੈਟ ਵਾਸ ਜੂਲੀਅਨ ਕੈਲੰਡਰ ਉਦੋਂ ਇਹ ਮਾਰਚ 29th ਲਿਖਣਾ ਪਊਗਾ ਤੇ ਸਿੱਖ ਨੈਟ ਤੇ ਜਿਵੇਂ ਮਾਰਚ 30th 1699 ਇਜ਼ ਦਾ ਕਲੋਜ਼ੈਸਟ ਬਟ ਜਿਵੇਂ ਦੱਸਿਆ ਗਿਆ ਕਿ ਐਕਚੁਅਲੀ ਇਟ ਇਜ਼ ਮਾਰਚ 29th ਦੋ ਪ੍ਰੋਫੈਸਰ ਗੰਡਾ ਸਿੰਘ ਰਾਈਟਸ ਦੈਟ ਦਿਸ ਇਜ਼ ਮਾਰਚ 30th ਸੋ ਇਹਦੇ ਵਿੱਚ ਹੁਣ ਜਿਵੇਂ ਗੁਰਬਾਣੀ ਦਾ ਆਧਾਰ ਜਿਹੜਾ ਹੈਗਾ ਆ ਰੁਤੀ ਸਲੋਕਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਕਿਉਂ ਮਤਲਬ ਇੱਕ ਗੁਰਬਾਣੀ ਵਿੱਚ ਵੀ ਮੌਸਮਾਂ ਦਾ ਤੁਹਾਨੂੰ ਉਹ ਜਿਹੜਾ ਇਨਰ ਮੀਨਿੰਗ ਜਿਹੜਾ ਗੁਰਬਾਣੀ ਦਾ ਹੈਗਾ ਹੈਗਾ ਅਤੇ ਬਈ ਹਰ ਮੌਸਮ ਵਿੱਚ ਅਸੀਂ ਅਕਾਲ ਪੁਰਖ ਨੂੰ ਧਿਆਨੇ ਹੈਗੇ ਹਾਂ ਡਜ਼ਨਟ ਮੈਟਰ ਗਰਮੀ ਹੋਵੇ ਸਰਦੀ ਹੋਵੇ ਦੁਪਹਿਰ ਹੋਵੇ ਦਿਨ ਹੋਵੇ ਰਾਤ ਹੋਵੇ ਸੋ ਉਹਦੇ ਵਿੱਚ ਪਰ ਜਿਹੜੇ ਉਹ ਭਾਵ ਨੇ ਜਿਸ ਜਿਹਨਾਂ ਨੂੰ ਜਿਹਨਾਂ ਦਾ ਦ੍ਰਿਸ਼ਟਾਂਤ ਖਿੱਚ ਕੇ ਗੁਰੂ ਸਾਹਿਬਾਨ ਨੇ ਆਪਣਾ ਮੈਸੇਜ ਦਿੱਤਾ ਹੈਗਾ ਜਿਵੇਂ ਰੁੱਤੀ ਸਲੋਕਾਂ ਵਿੱਚ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖਮਾਸ ਜੀਓ ਸੋ ਇਹਦੇ ਵਿੱਚ ਜੇ ਬਸੰਤ ਦੀ ਰੁੱਤ ਦੱਸਦੀ ਹੈਗੀ ਵੀ ਚੇਤ ਚੇਤ ਦੇ ਮਹੀਨੇ ਵਿੱਚ ਜਿਹੜੀ ਚੇਤ ਅਤੇ ਵਿਸਾਖ ਦੇ ਮਹੀਨੇ ਵਿੱਚ ਜਿਹੜੀ ਆ ਉਹ ਬਸੰਤ ਰੁੱਤ ਆ ਸੋ ਗਰਮੀ ਦੀ ਰੁੱਤ ਜਿਵੇਂ ਅਗਲੇ ਸਲੋਕ ਵਿੱਚ ਲਿਖਿਆ ਹੋਇਆ ਗ੍ਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ ਬਈ ਗਰਮੀ ਦੀ ਰੁੱਤ ਜਿਹੜੀ ਹੈਗੀ ਆ ਜੇਠ ਦੇ ਹਾੜ੍ਹ ਦੇ ਮਹੀਨਿਆਂ ਦੀ ਰੁੱਤ ਹੈਗੀ ਆ ਸੋ ਦੀਜ਼ ਆਰ ਦਾ ਸੀਜ਼ਨਸ ਸੋ ਜਿਹੜੀ ਬਰਸ ਬਰਸਾਤ ਦੀ ਰੁੱਤ ਆ ਰੁੱਤ ਬਰਸ ਸਹੇਲੀਆਂ ਸਾਵਣ ਭਾਦਵੇਂ ਅਤੇ ਸਾਵਣ ਭਾਦੋਂ ਦੇ ਮਹੀਨੇ ਦੇ ਆਨੰਦ ਜੀਓ ਸਾਵਣ ਭਾਦੋ ਹੁਣ ਇਹ ਜਿਹੜੀ ਹੈਗੀ ਆ ਬਰਸਾਤ ਦੀ ਰੁੱਤ ਜਾਂ ਸਾਵਣ ਭਾਦੋ ਦੇ ਮਹੀਨਿਆਂ ਦੀ ਰੁੱਤ ਹੈਗੀ ਆ ਇਸੇ ਤਰ੍ਹਾਂ ਜਿਹੜੀ ਫੌਲ ਆ ਥੋੜ੍ਹੀ ਸਰਦੀ ਹੋ ਗਈ ਰੁੱਤ ਸਰਦ ਡੰਬਰ ਅੱਸੂ ਕੱਤਕ ਕੇ ਅੱਸੂ ਅਤੇ ਕੱਤਕ ਦੇ ਮਹੀਨਿਆਂ ਦੀ ਇਹ ਹੈਗੀ ਹੈ ਅਤੇ ਜਿਹੜੀ ਹੋਰ ਠੰਡ ਕਹਿ ਲਓ ਸਿਸੀਅਰ ਸੀਤਲ ਹਰ ਪ੍ਰਗਟੇ ਮੱਘਰ ਪੋਹ ਇਹ ਮੱਘਰ ਪੋਹ ਦੀ ਰੁੱਤ ਹੈ ਜਿਹੜੀ ਅੱਜ ਕੱਲ੍ਹ ਹੈ ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਨ ਬਿਟਵੀਨ ਸਪਰਿੰਗ ਐਂਡ ਵਿੰਟਰ ਹਿਮਕਰ ਰੁੱਤ ਜਦੋਂ ਬਰਫਾਂ ਪਿਘਲਣੀਆਂ ਵੀ ਸ਼ੁਰੂ ਹੁੰਦੀਆਂ ਪਹਾੜਾਂ ਵਿੱਚ ਅਤੇ ਉਸ ਰੁੱਤ ਨੂੰ ਜਿਹੜਾ ਹੈਗਾ ਮਾਘ ਫੱਗਣ ਦੀ ਰੁੱਤ ਹੈ ਸੋ ਇਹ ਗੁਰਬਾਣੀ ਜਿਹੜਾ ਹੈਗਾ ਇਸ ਨੂੰ ਸਦਾ ਸਥਿਰ ਇਸ ਕੈਲੰਡਰ ਵਿੱਚ ਕੀਤਾ ਗਿਆ ਹੈਗਾ ਇਸ ਇਸ ਗੁਰਬਾਣੀ ਦੇ ਜਿਹੜੇ ਅੰਤਰੀਵ ਭਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸੋ ਸਿੱਖ ਕੈਲੰਡਰ ਦੀ ਜਿਵੇਂ ਆਪਾਂ ਜਾਣਦੇ ਹੈਗੇ ਹਾਂ ਇਹਦੇ ਉੱਤੇ ਸਾਰੀ ਕਮਿਊਨਿਟੀਜ਼ 'ਚ ਜ਼ਰੂਰ ਚਰਚਾ ਹੁੰਦੀ ਹੋਏਗੀ ਕਿ ਇਹ ਇਹ ਕੋਈ ਨਵਾਂ ਮਸਲਾ ਨਹੀਂ ਹੈ ਇਹ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈਗਾ ਸੋ ਮੈਂ ਇੱਕ ਖਾਸ ਜਿਹੜੀ ਹੈਗੀ ਹੈ ਇਹ 1906 ਦੀ ਲਿਖੀ ਹੋਈ ਕਿਤਾਬ ਕਰਮ ਸਿੰਘ ਹਿਸਟੋਰੀਅਨ ਜਦੋਂ ਸਿੰਘ ਸਭਾਵਾਂ ਵੀ ਸਟਰਗਲ ਕਰ ਰਹੀਆਂ ਸਨ ਬਈ ਸਾਡਾ ਕੈਲੰਡਰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਲੈਫਟ ਮੋਸਟ ਬਾਟਮ 'ਤੇ ਇੱਕ ਮੈਂ ਚੀਜ਼ ਜਿਹੜੀ ਹੈਗੀ ਹੈ ਕਰਮ ਸਿੰਘ ਹਿਸਟੋਰੀਅਨ ਹਰਾ ਨੇ ਇਟਸ ਆਲਮੋਸਟ ਅ ਪ੍ਰੈਡਿਕਸ਼ਨ ਟੂ ਦ ਟੀ ਕਿ ਉਹਨਾਂ ਨੇ ਮੈਂ ਜੇ ਪੜ੍ਹ ਕੇ ਸੁਣਾਵਾਂ ਔਕੜ ਇਹੀ ਸੀ ਕਿ ਇਹ ਕੰਮ ਹਰ ਕਿਸੇ ਦੇ ਕਰਨ ਦਾ ਨਹੀਂ ਸੀ ਇਸ ਕੰਮ ਨੂੰ ਕੇਵਲ ਉਹੀ ਸੱਜਣ ਕਰ ਸਕਦਾ ਸੀ ਜੋ ਜੋਤਿਸ਼ ਵਿੱਦਿਆ ਦਾ ਚੰਗਾ ਜਾਣੂ ਹੁੰਦਾ ਐਸਾ ਕੋਈ ਆਦਮੀ ਮੈਨੂੰ ਨਜ਼ਰ ਨਹੀਂ ਆਉਂਦਾ ਸੀ ਅਤੇ ਆਮ ਬਜ਼ਾਰੀ ਜੋਤਸ਼ੀ ਵੀ ਇਸ ਕੰਮ ਨੂੰ ਨਹੀਂ ਕਰ ਸਕਦੇ ਸਨ ਸੋ ਇਹ ਕੈਲੰਡਰ ਦੀ ਮੱਸਿਆ ਦਾ ਜ਼ਿਕਰ ਕਰ ਰਹੇ ਹੈਗੇ ਨੇ ਪਰ ਉਹ ਕਰਨਾ ਕੀ ਚਾਹੁੰਦੇ ਹੈਗੇ ਨੇ ਕਿ ਉਦੋਂ ਤਾਂ ਵਿਚਕਾਰਲੇ ਪੈਰਾਗ੍ਰਾਫਸ ਦਾ ਲਿਖਿਆ ਹੀ ਹੋਇਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵਿਸਾਖੀ ਦਾ ਉਹਦੇ ਬਾਰੇ ਵੀ ਜਦੋਂ ਇਹਨਾਂ ਨੇ ਕੱਤਕ ਵਿਸਾਖ
ਬੁੱਕ ਦੇ ਪ੍ਰੀਫੇਸ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਤੇ ਉਹਦੇ ਉੱਪਰ ਇਹ ਲਿਖਦੇ ਹੈਗੇ ਨੇ ਕਿ ਜਿਹੜਾ ਪਹਿਲਾ ਪੈਰਾਗ੍ਰਾਫ ਹੈਗਾ ਕਿ ਕੁਝ ਸਿੰਘ ਸਭਾਵਾਂ ਦਾ ਇਹੀ ਚਾਹਵਣਾ ਸੀ ਕਿ ਸੁਧੀ ਵਧੀ ਦੀ ਥਾਂ ਪ੍ਰਵਿਸ਼ਟਾ ਤਰੀਕਾਂ ਅਨੁਸਾਰ ਗੁਰਪੁਰਬ ਮਨਾਏ ਜਾਣ ਜਾਇਆ ਕਰਨ, ਪਰ ਚੂੰਕਿ ਸੁਧੀ ਵਧੀ ਦੀਆਂ ਤਰੀਕਾਂ ਨੂੰ ਪ੍ਰਵਿਸ਼ਟਾ ਵਿੱਚ ਬਦਲਣ ਦਾ ਕੋਈ ਸੁਖਾਲਾ ਗਰ ਮਾਲੂਮ ਨਹੀਂ ਸੀ ਇਸ ਗੁਰ ਮਾਲੂਮ ਨਹੀਂ ਸੀ ਇਸ ਲਈ ਉਹਨਾਂ ਦੀ ਇਹ ਚਾਹ ਪੂਰੀ ਨਹੀਂ ਹੋ ਸਕਦੀ ਸੀ। ਸੋ ਦਿਸ ਇਜ਼ ਇਨ ਸੱਚ ਅ ਪੈਰਾਗ੍ਰਾਫ, ਸਮਾਲ ਪੈਰਾਗ੍ਰਾਫ, ਅਸੀਂ ਆਪਾਂ ਜ਼ਿਕਰ ਕਰ ਚੁੱਕੇ ਹੈਗੇ ਹਾਂ। ਇਫ ਯੂ ਗੋ ਬੈਕ ਟੂ ਸਲਾਈਡ, ਵਟ ਹੀ ਇਜ਼ ਟ੍ਰਾਇੰਗ ਟੂ ਸੇ, ਉਹ ਅਸੀਂ ਇਸ ਸਲਾਈਡ ਵਿੱਚ ਦੇਖ ਚੁੱਕੇ ਹੈਗੇ ਹਾਂ ਕਿ ਅਸੀਂ ਅੱਜ ਦੀ ਤਰੀਕ ਦਾ ਜ਼ਿਕਰ ਕੀਤਾ ਕਿ 5 ਦਸੰਬਰ ਨੂੰ ਵੀਹ ਮੱਘਰ ਹੈ। ਵੀਹ ਮੱਘਰ ਜਿਹੜੀ ਹੈ ਪ੍ਰਵਿਸ਼ਠਾ ਤਰੀਕ ਹੈ ਇਹ, ਕਿਉਂਕਿ ਬਿਕਰਮੀ ਕੈਲੰਡਰ ਵਿੱਚ ਜਦੋਂ ਸੂਰਜ ਦੂਸਰੀ ਰਾਸ਼ੀ 'ਚ ਪ੍ਰਵਿਸ਼ਠਾ ਕੌਂਸਲੇਸ਼ਨ 'ਚ ਪ੍ਰਵੇਸ਼ ਕਰਦਾ ਉਹਨੂੰ ਪ੍ਰਵਿਸ਼ਠਾ ਤਰੀਕਾਂ ਕਹਿੰਦੇ ਨੇ। ਸੋ ਜਦੋਂ ਸੰਗਰਾਂਦ ਤੋਂ ਬਾਅਦ 20ਵਾਂ ਦਿਨ ਇਜ਼ ਵੀਹ ਮੱਘਰ, ਜਦੋਂ ਮੱਘਰ ਦੀ ਸੰਗਰਾਂਦ ਆਈ ਉਸ ਤੋਂ ਬਾਅਦ 20ਵਾਂ ਦਿਨ ਵੀਹ ਮੱਘਰ, ਪਰ ਉਹ ਉਸੇ ਹੀ ਤਰੀਕ ਕਈ ਤਰੀਕਾਂ ਸਾਡੀਆਂ ਹਿਸਟਰੀ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਸੁਧੀ ਵਧੀ ਦੀਆਂ ਹੈਗੀਆਂ ਨੇ। ਈਚ ਡੇ ਟੂ ਰਿਪ੍ਰਜੈਂਟ ਅ ਡੇ ਇਨ ਬਿਕਰਮੀ ਕੈਲੰਡਰ ਦੇ ਆਰ ਯੂਨੀਕ, ਪਰ ਮਤਲਬ ਦੇ ਕੈਨ ਬੀ ਕਨਵਰਟਿਡ ਬੈਕ ਐਂਡ ਫੋਰਥ, ਬਟ ਦੇਰ ਇਜ਼ ਨੋ ਈਜ਼ੀ ਵੇ ਜੇ ਤੁਹਾਡੇ ਕੋਲ ਜਾਂ ਜੰਤਰੀਆਂ ਨਾਲ ਹੋਣ ਜਾਂ ਕੰਪਿਊਟਰ ਪ੍ਰੋਗਰਾਮਸ ਨਾ ਹੋਣ, ਐਂਡ ਦੇ ਨੀਡ ਟੂ ਬੀ ਵੈਰੀਫਾਈਡ ਕਿ ਵੀ ਉਹ ਕੰਮ ਕਰ ਰਹੇ ਹੈਗੇ ਨੇ। ਉਸ ਤੋਂ ਗੈਰ ਜੋ ਇੱਥੇ ਛੋਟੀ ਜਿਹੀ ਲਾਈਨ 'ਚ ਲਿਖਤਾ ਹੈਗਾ ਮਗਰ ਸੁਧੀ ਇੱਕ ਜਾਂ ਦੋ, ਵਿਦਆਊਟ ਪ੍ਰੋਪਰ ਕੈਲਕੂਲੇਸ਼ਨ ਇਟਸ ਵੈਰੀ ਹਾਰਡ ਟੂ ਕਨਵਰਟ 20 ਮਗਰ ਟੂ ਮਗਰ ਸੁਧੀ ਇੱਕ ਐਂਡ ਦੋ, ਜਿਹੜਾ ਮਤਲਬ ਇਹ ਜਿਹੜੀ ਕਨਵਰਜ਼ਨ ਹੈ ਇਹਦੀ ਗੱਲ ਕਰ ਰਹੇ ਹੈਗੇ ਨੇ ਕਰਮ ਸਿੰਘ ਜੀ ਇਸ ਪੈਰਾਗ੍ਰਾਫ ਵਿੱਚ, ਕਿ ਵੀ ਇਹਨਾਂ ਨੂੰ ਕਨਵਰਟ ਕਰਨਾ ਇਜ਼ ਨਾਟ ਐਨ ਈਜ਼ੀ ਜਾਬ, ਕਿ ਗੁਰਪੁਰਬ ਕਦੋਂ ਮਨਾਏ ਜਾਣ, ਪਰ ਉਹ ਕਹਿ ਰਹੇ ਹੈਗੇ ਨੇ ਪ੍ਰਵਿਸ਼ਠਾ ਤਰੀਕਾ ਨਾਲ ਮਨਾਏ ਜਾਣੇ ਚਾਹੀਦੇ ਨੇ ਹੈਗੇ, ਨਾ ਕਿ ਸੁਧੀਆਂ ਵਧੀਆਂ ਤੋਂ। ਸੋ ਚੰਦਰਮਾ ਦੇ ਫੇਜ਼ਿਸ ਤੋਂ ਤੋੜ ਕੇ ਦੇ ਸ਼ੁੱਡ ਬੀ ਆਲ ਬੀ ਯੂਨੀਫਾਰਮਲੀ ਅਬਜ਼ਰਵਡ। ਇਹਦਾ ਕਹਿਣ ਦਾ ਮਤਲਬ ਹੈ ਜਿਹੜੀ ਜਿਵੇਂ ਹੁਣ ਵਿਸਾਖੀ ਹੈ, ਜੇ ਕੋਈ ਗੁਰਪੁਰਬ ਵਿਸਾਖੀ ਤੋਂ 2 ਦਿਨ ਬਾਅਦ ਦਾ ਹੈਗਾ, ਇਟ ਸ਼ੁੱਡ ਬੀ ਵਿਸਾਖੀ ਤੋਂ 2 ਦਿਨ ਬਾਅਦ, ਨਾ ਕਿ ਚੰਦਰਮਾ ਦਾ ਕੀ ਪੱਖ ਸੀ ਜਾਂ ਕੀ ਸੀਗਾ। ਸੋ ਹਾਂਜੀ, ਇੱਕ ਮਿੰਟ ਮੈਂ ਮਿਊਟ। ਹੈਲੋ, ਹਾਂਜੀ ਵੀਰ, ਸੋ ਮੈਨੂੰ ਹੁਕਮ ਹੋਇਆ ਕਿ ਮੈਂ ਵਾਈਂਡ ਡਾਊਨ ਕਰਾਂ। ਸੋ ਆਈ ਵੁੱਡ ਜਸਟ ਵਾਈਂਡ ਡਾਊਨ, ਦਿਸ I think we can have a follow-up program ide bare, par je main isnu quickly wind down karna hove te main the only slide I would like to show is that why we need our calendar. Ipal Singh Parewal haran da quote hai ga, all communities and faiths have their own calendar as a mark of a distinct cultural identity, just as the Islamic world has the Hijri calendar and the Hindus have Vikrami calendar. The Sikhs will have Nanakshahi calendar along with the Common Era calendar, which is in use throughout the world. So, iniyan bentiyan karda hoya, I would like to wrap up.